ਮਹਲਾ ਦੂਜਾ ਜਪ ਤਪ ਸਭ ਕਿਛੁ ਮੰਨੈ ਅਵਰ ਕਾਰਾਂ ਸਭ ਬਾਦ ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪ੍ਰਸਾਦ ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਦੂਸਰੀ ਪਾਤਸ਼ਾਹੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸਲੋਕਾਂ ਦੀ ਵਿਚਾਰ ਗੁਰੂ ਪਾਤਸ਼ਾਹ ਦੇ ਪਾਵਨ ਉਪਦੇਸ਼ ਨੂੰ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ। ਆਪ ਜੀ ਨੇ ਸਤਿਗੁਰੂ ਜੀ ਦਾ ਪਾਵਨ ਸਲੋਕ ਪਾਠ ਦੇ ਰੂਪ ਵਿੱਚ ਦਾਸ ਪਾਸੋਂ ਸ਼ਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਨਾ ਨੰਬਰ 954 ਉੱਪਰ ਰਾਮਕਲੀ ਕੀ ਵਾਰ ਮਹਲਾ ਤੀਜਾ ਦੀ 14ਵੀਂ ਪੌੜੀ ਦੇ ਨਾਲ ਇਹ ਦੂਸਰਾ ਸਲੋਕ ਹੈ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪਾਵਨ ਸਲੋਕ ਸਹੰਸਰਦਾਨ ਦੇ ਇੰਦਰ ਰੁਆਇਆ ਪਰਸਰਾਮ ਰੋਵੈ ਘਰ ਆਇਆ ਅਜੈ ਸੋ ਰੋਵੈ ਭੀਖਿਆ ਖਾਏ ਐਸੀ ਦਰਗਾਹ ਮਿਲੈ ਸਜਾਏ। ਉਪਰੋਕਤ ਸਲੋਕ ਦੇ ਅਖੀਰ ਦੀਆਂ ਜੋ ਪੰਕਤੀਆਂ ਹਨ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮ ਨ ਲੇਖੈ ਲਾਏ। ਉਸ ਸਾਰੇ ਹੀ ਸਲੋਕ ਵਿੱਚ ਗੁਰੂ ਨਾਨਕ ਮਹਾਰਾਜ ਨੇ ਪੁਰਾਣੇ ਮਿਥਕ ਹਵਾਲਿਆਂ ਦਾ ਜ਼ਿਕਰ ਕੀਤਾ ਹੈ ਉਹਨਾਂ ਹਸਤੀਆਂ ਨੂੰ ਜਿਨ੍ਹਾਂ ਨੂੰ ਪੂਜਿਆ ਜਾਂਦਾ ਹੈ ਜਾਂ ਜਿਨ੍ਹਾਂ ਨੇ ਕਿਸੇ ਨੂੰ ਇਸ਼ਟ ਜਾਣ ਕੇ ਰੱਬ ਜਾਣ ਕੇ ਭਗਵਾਨ ਜਾਣ ਕੇ ਤਥਾ ਕਥਿਤ ਦੇਵੀ ਦੇਵਤਿਆਂ ਮਨੁੱਖਾਂ ਦੀ ਉਪਾਸ਼ਨਾ ਤੇ ਪੂਜਾ ਕੀਤੀ ਕਰਮ ਕਾਂਡ ਕੀਤੇ ਯਤਨ ਕੀਤੇ ਉਹਨਾਂ ਸਭਨਾਂ ਦਾ ਸਤਿਗੁਰੂ ਪਾਤਸ਼ਾਹ ਨੇ ਜ਼ਿਕਰ ਕਰਦਿਆਂ ਹੋਇਆਂ ਕਿਹਾ ਵੀ ਤਿਨ੍ਹਾਂ ਦੇ ਮਾਨਸਿਕ ਆਤਮਕ ਦੁੱਖਾਂ ਨੂੰ ਵੀ ਕੋਈ ਘਟਾ ਨਹੀਂ ਸਕਿਆ ਨਾ ਪੂਜਾ ਕਰਵਾਉਣ ਵਾਲਿਆਂ ਦੇ ਤੇ ਨਾ ਪੂਜਣ ਵਾਲਿਆਂ ਦੇ। ਇਸ ਲਈ ਸਤਿਗੁਰੂ ਨੇ ਨਿਚੋੜ ਕੱਢਦਿਆਂ ਹੋਇਆਂ ਫਰਮਾਇਆ ਮੰਨੇ ਨਾਉ ਸੋਈ ਜਿਣ ਜਾਏ। ਜੀਵਨ ਦੀ ਇਹ ਬਾਜੀ ਉਹ ਜਿੱਤਦਾ ਹੈ ਜੀਵਨ ਦਾ ਇਹ ਸਫ਼ਰ ਉਹਦਾ ਸੁਹਾਵਣਾ ਤੇ ਸੁਖੀ ਹੁੰਦਾ ਹੈ ਉਹੀ ਸਚਿਆਰਾ ਮਾਰਗ ਚੁਣ ਕੇ ਆਪਣੇ ਜੀਵਨ ਦੇ ਇਸ ਵਕਤ ਨੂੰ ਸਫਲਿਆ ਕਰਦਾ ਹੈ ਜਿਹੜਾ ਪਰਮੇਸ਼ਰ ਦੇ ਨਾਮ ਦਾ ਆਸਰਾ ਤੱਕਦਾ ਹੈ। ਔਰੀ ਕਰਮ ਨਾ ਲੇਖੈ ਲਾਏ, ਨਾਮ ਤੋਂ ਬਿਨਾਂ ਜਾਨੀ ਕਿ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਤੋਂ ਬਿਨਾਂ ਜਿਹੜਾ ਜੀਵਨ ਹੈ ਜਾਂ ਜੀਵਨ ਵਿੱਚ ਕੀਤੇ ਜਾਂਦੇ ਹੋਰ ਹੋਰ ਕਰਮ ਕਾਂਡ ਉਪਾਸ਼ਨਾ ਪੂਜਾ ਆਦਿਕ ਵਿਧੀਆਂ ਦੇ ਪ੍ਰਪੰਚ ਹਨ ਸਤਿਗੁਰੂ ਜੀ ਆਖਦੇ ਨੇ ਇਹ ਜੀਵਨ ਦੇ ਇਸ ਪੈਂਡੇ ਵਿੱਚ ਮਨੁੱਖ ਦਾ ਸੁਚੱਜੀ ਤਰ੍ਹਾਂ ਸਾਥ ਨਹੀਂ ਦਿੰਦੇ ਨਾ ਹੀ ਇਹ ਮਨੁੱਖ ਦੇ ਜੀਵਨ ਨੂੰ ਸਫਲਾ ਤੇ ਸਾਰਥਕ ਬਣਾਉਂਦੇ ਨੇ ਬਲਕਿ ਮਨੁੱਖ ਦੇ ਜੀਵਨ ਵਿੱਚ ਹੋਰ ਉਲਝਣਾਂ ਪੈਦਾ ਕਰਦੇ ਨੇ। ਇਹਨਾਂ ਕਰਮ ਕਾਂਡਾਂ ਨਾਲ ਮਨੁੱਖ ਆਪਣੇ ਜੀਵਨ ਦਾ ਕੀਮਤੀ ਵਕਤ ਅਜਾਈ ਗਵਾ ਲਈਦਾ ਹੈ। ਵਹਿਮਾਂ ਤੇ ਭਰਮਾਂ ਦੀ ਦਲਦਲ ਵਿੱਚ ਫਸਿਆ ਹੋਇਆ ਮਨੁੱਖ ਇਹਨਾਂ ਕਰਮ ਕਾਂਡਾਂ ਦੀ ਭੇਟਾ ਆਪਣੇ ਕੀਮਤੀ ਸਵਾਸਾਂ ਨੂੰ ਹਰ ਵੇਲੇ ਚੜਾਉਂਦਾ ਰਹਿੰਦਾ ਹੈ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਇਸ ਤੋਂ ਅੱਗੇ ਇਹ ਸਲੋਕ ਦਰਜ ਹੈ ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ ਜਿਸ ਦੇ ਬੋਲ ਹਨ ਜਪ ਤਪ ਸਭ ਕਿਛੁ ਮੰਨਿਐ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਚਾਰਦੇ ਹਾਂ
ਤਾਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜਪ, ਤਾਪ, ਸੰਜਮ ਇਤਿਆਦਿਕ ਕਰਮਾਂ ਦਾ ਸਤਿਗੁਰੂ ਜੀ ਨੇ ਵਿਸ਼ਲੇਸ਼ਣ ਕੀਤਾ ਹੈ। ਜਪ ਦਾ ਅਰਥ ਹੈ ਪੁਰਾਤਨ ਭਾਰਤੀ ਪਰੰਪਰਾ ਦੇ ਵਿੱਚ ਪੁਜਾਰੀਆਂ ਦੇ ਵੱਲੋਂ ਵੱਖ-ਵੱਖ ਸ਼ਾਸਤਰਾਂ ਦੇ ਵਿੱਚ ਜੋ ਮੰਤਰ ਉਪਦੇਸ਼ ਲਿਖੇ ਗਏ ਉਹਨਾਂ ਨੂੰ ਪੜ੍ਹਨ ਦੀਆਂ ਖਾਸ ਵਿਧੀਆਂ ਨਿਰਧਾਰਿਤ ਕੀਤੀਆਂ ਗਈਆਂ ਵੀ ਕਿਹੜੇ ਮੰਤਰ ਨੂੰ ਕਿਸ ਲੋੜ ਵੇਲੇ, ਕਿਸ ਵਕਤ, ਕਿਹੜੀ ਵਿਧੀ ਦੇ ਨਾਲ ਪੜ੍ਹਨਾ ਹੈ ਤੇ ਉਹ ਮੰਤਰ ਕਿਹੜੇ ਮਨ ਦੀ ਕਿਹੜੀ ਇੱਛਾ ਨੂੰ ਪੂਰੀਆਂ ਕਰੇਗਾ। ਔਰ ਮੰਤਰਾਂ ਦੇ ਵੀ ਅੱਗੇ ਸੰਬੰਧ ਜਿਹੜੇ ਸਨ ਉਹ ਵੱਖ-ਵੱਖ ਦੇਵੀ ਦੇਵਤਿਆਂ ਦੇ ਨਾਲ ਜੋੜੇ ਗਏ, ਯਾਨੀ ਕਿ ਮਨੁੱਖ ਦੇ ਅੰਦਰ ਜਿਹੋ ਜੀ ਇੱਛਾ ਹੈ ਉਹੋ ਜਿਹੇ ਦੇਵਤੇ ਨੂੰ ਉਸਨੇ ਆਰਾਧਣਾ ਹੈ ਤੇ ਦੇਵਤੇ ਨੂੰ ਆਰਾਧਣ ਲਈ ਵੱਖਰੇ ਵੱਖਰੇ ਮੰਤਰ ਨੇ, ਉਹਨਾਂ ਮੰਤਰਾਂ ਨੂੰ ਪੜ੍ਹਨ ਦੀਆਂ ਵੱਖਰੀਆਂ ਵਿਧੀਆਂ ਨੇ, ਵੱਖਰੇ ਤਰੀਕੇ ਹਨ ਔਰ ਉਹਨਾਂ ਦੇ ਲਈ ਵੱਖਰੀਆਂ ਸਮੱਗਰੀਆਂ ਨਿਰਧਾਰਤ ਨੇ ਇਤਿਆਦਿਕ ਬਹੁਤ ਲੰਬਾ ਚੌੜਾ ਪਸਾਰਾ ਪੁਜਾਰੀਆਂ ਨੇ ਆਪਣੇ ਗ੍ਰੰਥਾਂ ਦੇ ਰਾਹੀਂ ਪਸਾਰ ਕੇ ਲੋਕਾਂ ਨੂੰ ਇਹ ਸਾਰਾ ਕੁਝ ਸਦੀਆਂ ਤੋਂ ਪੜ੍ਹਾਇਆ, ਸਿਖਾਇਆ ਤੇ ਵਰਗਲਾਇਆ ਹੋਇਆ। ਹੁਣ ਖਾਸ ਵਿਧੀ ਦੇ ਨਾਲ ਪੜ੍ਹੇ ਜਾਣ ਵਾਲੇ ਮੰਤਰ ਨੂੰ ਜਪ ਦੇ ਰੂਪ ਵਿੱਚ ਸੰਗਿਆ ਦਿੱਤੀ ਗਈ ਹੈ ਤੇ ਤਪ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਸਰੀਰ ਨੂੰ ਖਪਾਉਣਾ, ਸਰੀਰ ਨੂੰ ਕਸ਼ਟ ਦੇ ਕੇ, ਦੁੱਖ ਦੇ ਕੇ, ਜਿਵੇਂ ਤਪੱਸਵੀ ਲੋਕ ਕਰਦੇ ਹਨ ਧੂਣੀਆਂ ਤਪਾ ਕੇ ਗਰਮੀਆਂ ਦੇ ਵਿੱਚ ਉਸ ਅਗਨੀ ਦੇ ਨੇੜੇ ਬੈਠਣਾ, ਸਰੀਰ ਨੂੰ ਤਪਾ ਤਪਾ ਕੇ ਦੁਖੀ ਕਰਨਾ, ਘੋਰ ਸਰਦੀ ਠੰਡ ਦੇ ਵਿੱਚ ਨਗਨ ਅਵਸਥਾ ਵਿੱਚ ਪਾਣੀ ਦੇ ਵਿੱਚ ਬੈਠ ਕੇ ਇੱਕ ਲੱਤ ਤੇ ਖਲੋ ਕੇ ਆਪਣੇ ਵਾਲਾਂ ਨੂੰ ਕਿਸੇ ਦਰਖਤ ਨਾਲ ਬੰਨ ਕੇ ਜਾਂ ਸਿਰ ਵਿੱਚ ਸੁਆਹ ਪਾ ਕੇ ਜਟਾਵਾਂ ਬਣਾ ਕੇ ਭੁੱਖੇ ਰਹਿ ਕੇ ਉਹ ਨੀਂਦਰੇ ਵਿੱਚ ਰਹਿ ਕੇ ਆਪਣੇ ਸਰੀਰ ਤੇ ਜ਼ਖਮ ਲਾ ਕੇ ਹੋਰੇ ਕਿੰਨੇ ਕੁ ਐਸੇ ਕਸ਼ਟ, ਇੰਨੇ ਦੁੱਖ ਆਪਣੇ ਸਰੀਰ ਨੂੰ ਦੇ ਕੇ ਐਸੀਆਂ ਕਠਿਨ ਘਾਲਣਾਵਾਂ ਘਾਲਣੀਆਂ, ਮਾਨਸਿਕ ਤੇ ਸਰੀਰਕ ਕਸ਼ਟ ਸਹਿ ਕੇ ਇਹ ਸੋਚਣਾ ਕਿ ਸਾਡੇ ਇਹਨਾਂ ਕਸ਼ਟਾਂ ਵੱਲ ਵੇਖ ਕੇ ਸਾਡਾ ਇਸ਼ਟ, ਸਾਡਾ ਭਗਵਾਨ ਸਾਡੇ ਤੇ ਖੁਸ਼ ਹੋਵੇਗਾ, ਦਇਆ ਕਰੇਗਾ ਤੇ ਸਾਨੂੰ ਆਪਣੇ ਭਗਵਾਨ ਕੋਲੋਂ ਮਨ ਇੱਛਤ ਵਰ ਜਾਂ ਫਲ ਦੀ ਪ੍ਰਾਪਤੀ ਹੋਏਗੀ, ਜਾਂ ਫਿਰ ਸਾਡਾ ਮਨ ਐਵੇਂ ਵਾਸ਼ਨਾਵਾਂ ਤੋਂ ਮੁਕਤ ਹੋ ਕੇ ਕੰਟਰੋਲ ਤੇ ਕਾਬੂ ਵਿੱਚ ਆ ਜਾਏਗਾ। ਅਜਿਹੇ ਸਾਰੇ ਯਤਨਾਂ ਨੂੰ ਤਪ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿਸੇ ਦੇ ਮਨ ਵਿੱਚ ਆਉਂਦਾ ਹੈ ਜਿੰਨਾ ਕੋਈ ਕਰ ਸਕਦਾ ਹੈ ਉਸੇ ਹਿਸਾਬ ਨਾਲ ਐਸੇ ਹੀ ਯਤਨ ਕਰਦਾ ਹੈ। ਸਤਿਗੁਰੂ ਪਾਤਸ਼ਾਹ ਨੇ ਅਜਿਹੇ ਸਾਰੇ ਖੋਖਲੇ ਕਰਮਾਂ ਦਾ ਖੰਡਨ ਕੀਤਾ ਹੈ, ਅਜਿਹੇ ਭਰਮਾਂ ਤੋਂ ਬਚਣ ਵਾਸਤੇ ਮਨੁੱਖ ਨੂੰ ਪ੍ਰੇਰਣਾ ਕੀਤੀ ਹੈ, ਕਿਉਂਕਿ ਮਜ਼ਹਬਾਂ ਦੇ ਅੰਦਰ ਧਾਰਮਿਕ ਪੁਜਾਰੀਆਂ ਨੇ ਬਹੁਤ ਕੁਝ ਲੋਕਾਂ ਨੂੰ ਐਸਾ ਦ੍ਰਿੜ ਕਰਾਇਆ ਜਿਨ੍ਹਾਂ ਦਾ ਮਨੁੱਖ ਦੇ ਜੀਵਨ ਦੇ ਅੰਦਰ ਕੋਈ ਚੰਗਾ ਭਾਵ ਜਾਂ ਚੰਗਾ ਅਸਰ ਨਹੀਂ ਸੀ ਪੈਂਦਾ, ਬਲਕਿ ਮਨੁੱਖ ਨੂੰ ਜੀਵਨ ਭਰ ਦੀ ਉਲਝਣ ਦੇ ਵਿੱਚ ਫਸਣਾ ਪੈਂਦਾ ਸੀ। ਸ਼ਰਧਾ ਦੇ ਵਸ ਵਿੱਚ ਹੋਇਆ ਹੋਇਆ ਮਨੁੱਖ ਆਪਣੀ ਅੰਧ ਭਗਤੀ ਦੇ ਸਦਕਾ ਅਜਿਹੇ ਕਰਮਾਂ ਦਾ ਭਾਰ ਜੀ ਸਦਕੇ ਖੁੱਲ੍ਹ ਦਿਲੀ ਨਾਲ ਢੋਂਦਾ ਆਇਆ ਹੈ, ਢੋ ਰਿਹਾ ਹੈ ਤੇ ਉਹਨਾਂ ਚਿਰ ਢੋਂਦਾ ਰਹੇਗਾ ਜਿੰਨਾ ਚਿਰ ਮਨੁੱਖ ਦੇ ਮਨ ਅੰਦਰ ਅਗਿਆਨਤਾ ਦਾ ਹਨੇਰਾ ਛਾਇਆ ਰਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਅਜਿਹੇ ਭਰਮ ਕਰਮਾਂ ਦਾ ਬਾਣੀ ਦੇ ਵਿੱਚ ਭਰਪੂਰ ਖੰਡਨ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ, ਜਿਸ ਵਿੱਚ ਭਗਤ ਜੀ ਨੇ ਫਰਮਾਇਆ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ। ਕਹਿੰਦੇ ਨੇ ਜਪ ਇਹ ਤਪ ਇਹ ਵਰਤ। ਖਿਆਲ ਵਿੱਚ ਰੱਖੀਏ ਕਿ ਭਾਰਤੀ ਗ੍ਰੰਥਾਂ ਦੇ ਵਿੱਚ ਇੱਕ ਕਿਸਮ ਦਾ ਵਰਤ ਨਹੀਂ, ਅਨੇਕ ਕਿਸਮ ਦੇ ਵਰਤ ਨੇ। ਉਹਨਾਂ ਨੂੰ ਰੱਖਣ ਦੇ ਤਰੀਕੇ, ਉਹਨਾਂ ਦੇ ਪਿੱਛੇ ਭਾਵਨਾਵਾਂ, ਇੱਛਾਵਾਂ ਦਾ
ਪੂਰਿਆਂ ਕਰਨ ਦੀ ਜਿਹੜੀ ਜੁਗਤੀ ਹੈ, ਇੰਨਾ ਲੰਬਾ ਚੌੜਾ ਪਸਾਰਾ ਉਹਨਾਂ ਵਰਤਾਂ ਦਾ ਹੈ, ਜਿਸ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਤਾਂ ਇੱਥੋਂ ਤੱਕ ਲਿਖਿਆ ਵੀ ਕਿੰਨੇ ਕੁ ਵਰਤ ਨੇ ਤੇ ਕਿੰਨੇ ਕੁ ਮੰਤਰ ਨੇ, ਇਹਨਾਂ ਦੀ ਗਿਣਤੀ ਕਰਨੀ ਹੀ ਕਠਿਨ ਹੈ। ਜਾਨੀ ਕਿ ਮਨੁੱਖ ਨੂੰ ਚਾਰ ਸ਼ਫੇਰੇ ਤੋਂ ਇੰਨਾ ਘੇਰ ਲਿਆ ਗਿਆ ਹੈ ਕਿ ਮਨੁੱਖ ਇਸ ਕਰਮ ਕਾਂਡੀ ਜਾਲ ਦੇ ਵਿੱਚ ਪੂਰੀ ਤਰ੍ਹਾਂ ਸਦੀਆਂ ਤੋਂ ਫਸਦਾ ਤੁਰਿਆ ਆ ਰਿਹਾ ਹੈ ਤੇ ਜਿਉਂ ਜਿਉਂ ਮਨੁੱਖ ਇਸ ਜਾਲ ਤੋਂ ਨਿਕਲਣ ਦੀ ਕੋਸ਼ਿਸ਼ ਕਿਸੇ ਨਾ ਕਿਸੇ ਪਾਸਿਓਂ ਕਰਦਾ ਹੈ, ਪੁਜਾਰੀ ਇਸ ਜਾਲ ਨੂੰ ਹੋਰ ਪੀੜਾ ਕਰ ਦਿੰਦਾ ਹੈ ਤੇ ਹੋਰ ਉਸਨੂੰ ਥੋੜਾ ਜਿਹਾ ਪੱਕਾ ਮਜ਼ਬੂਤ ਕਰ ਦਿੰਦਾ ਹੈ ਤੇ ਉਸਨੂੰ ਨਾਲ ਦੀ ਨਾਲ ਵੱਡਾ ਵੀ ਕਰੀ ਜਾ ਰਿਹਾ ਹੈ। ਤੇ ਕਰਮ ਕਾਂਡ ਘਟੇ ਨਹੀਂ ਵੱਧ ਗਏ, ਇਹ ਜਾਲ ਛੋਟਾ ਨਹੀਂ ਹੋਇਆ, ਇਹ ਜਾਲ ਵੱਡਾ ਹੁੰਦਾ ਗਿਆ। ਤੁਸੀਂ ਹੈਰਾਨ ਹੋਵੋਗੇ, ਮਨੁੱਖ ਜਿੰਨੀ ਪਦਾਰਥਕ ਤਰੱਕੀ ਕਰਦਾ ਜਾ ਰਿਹਾ ਹੈ, ਮਨੁੱਖ ਜਿੰਨੀ ਵਿੱਦਿਆ ਦੇ ਤਲ ਦੇ ਉੱਤੇ ਉੱਨਤੀ ਕਰਦਾ ਜਾ ਰਿਹਾ ਹੈ, ਜਿੰਨੀਆਂ ਤਕਨੀਕਾਂ ਤੇ ਸਾਧਨ ਵੱਧ ਰਹੇ, ਉਨੇ ਮਨੁੱਖ ਦੇ ਅੰਦਰ ਕਰਮ ਕਾਂਡ ਦੀਆਂ ਇਹ ਭਾਵਨਾਵਾਂ ਵੀ ਉਤੇਜਿਤ ਹੁੰਦੀਆਂ ਜਾ ਰਹੀਆਂ ਨੇ। ਔਰ ਅਸੀਂ ਵੇਖਦੇ ਹਾਂ ਚੰਗੇ ਸਾਧਨਾਂ ਦੀ ਵਰਤੋਂ ਕਰਨ ਵਾਲਾ ਮਨੁੱਖ, ਜਿਸ ਨੂੰ ਇਹ ਪੜ੍ਹਾਇਆ ਵੀ ਜਾਂਦਾ ਹੈ, ਸਿਖਾਇਆ ਵੀ ਜਾਂਦਾ ਹੈ, ਦੱਸਿਆ ਵੀ ਜਾਂਦਾ ਹੈ, ਉਹ ਇਹਦੇ ਬਾਵਜੂਦ ਵੀ ਸਾਰਾ ਕੁਝ ਫਿਰ ਵੀ ਕਰਮ ਕਾਂਡ ਸਧਾਰਨ ਜੀਵਨ ਦੇ ਵਿੱਚ ਹੱਦੋਂ ਬਾਹਰਾ ਕਰਦਾ ਹੈ। ਸਾਇੰਸ ਨੂੰ ਪੜ੍ਹਨ ਵਾਲੇ ਬੰਦੇ ਉਹਨਾਂ ਉਹਨਾਂ ਗੱਲਾਂ ਵਿੱਚ ਅਜੇ ਵੀ ਯਕੀਨ ਪਾਲ ਕੇ ਬੈਠੇ ਨੇ ਜਿਨ੍ਹਾਂ ਦਾ ਅੱਜ ਦੇ ਛੋਟੇ ਬੱਚਿਆਂ ਨੂੰ ਵੀ ਪਤਾ ਹੈ। ਪਰ ਇੱਕ ਸੁਰਤ ਦੇ ਉੱਤੇ ਜੰਮਿਆ ਹੋਇਆ ਪ੍ਰਭਾਵ ਜਿਹੜਾ ਹੈ ਕਿ ਜੋ ਵੀ ਅਸੀਂ ਪੜ੍ਹ ਰਹੇ ਹਾਂ, ਜੋ ਅਸੀਂ ਸਮਝ ਰਹੇ ਹਾਂ, ਜੋ ਸਾਡੇ ਸਾਹਮਣੇ ਵਾਪਰ ਰਿਹਾ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦਿਆਂ ਹੋਇਆਂ ਵੀ ਕਰਮ ਕਾਂਡੀ ਬਿਰਤੀ ਦਾ ਤਿਆਗ ਮਨੁੱਖ ਕਰਨ ਤੋਂ ਅਜੇ ਵੀ ਅਵੇਸਲਾ ਹੈ। ਇੱਕ ਉਦਾਹਰਣ ਮਾਤਰ ਹੈ, ਮਨੁੱਖ ਨੇ ਸੋਹਣੀਆਂ ਚੱਲਦੀਆਂ ਹੋਈਆਂ ਸਾਫ਼ ਨਦੀਆਂ, ਸ਼ਹਿਰਾਂ ਪਿੰਡਾਂ ਦੇ ਵਿੱਚ ਦੀ ਵਗਦੇ ਹੋਏ ਨਾਲੇ ਨਦੀਆਂ ਜਿਹੜੇ ਨੇ, ਕਦੇ ਉਹਨਾਂ ਵੱਲ ਵੇਖੋ ਕਿੰਨੀਆਂ ਸਮੱਗਰੀਆਂ ਮਨੁੱਖ ਉਹਨਾਂ ਦੇ ਵਿੱਚ ਸੁੱਟ ਸੁੱਟ ਕੇ ਉਸ ਪਾਣੀ ਨੂੰ ਦੂਸ਼ਿਤ, ਗੰਧਲਾ ਤੇ ਭੈੜਾ ਬਣਾਈ ਤੁਰਿਆ ਜਾ ਰਿਹਾ ਹੈ। ਚੌਂਕਾਂ ਤੇ ਚੁਰਾਹਿਆਂ ਦੇ ਵਿੱਚ ਕੀਤੇ ਜਾਂਦੇ ਟੂਣੇ ਟਾਂਬਣੇ, ਵੱਖ ਵੱਖ ਤਰੀਕਿਆਂ ਨਾਲ ਦਿੱਤੀਆਂ ਜਾਂਦੀਆਂ ਨਿਆਜ਼ਾਂ ਤੇ ਦਿੱਤੀਆਂ ਜਾਂਦੀਆਂ ਭੇਟਾਵਾਂ, ਖਾਣ ਪੀਣ ਵਾਲੀਆਂ ਚੰਗੀਆਂ ਵਸਤਾਂ ਕਿਸੇ ਲੋੜਵੰਦ ਨੂੰ ਦੇਣ ਦੀ ਬਜਾਏ ਪਾਣੀ 'ਚ ਰੋੜੀਆਂ ਜਾਂਦੀਆਂ ਨੇ, ਮਿੱਟੀ 'ਚ ਸੁੱਟੀਆਂ ਜਾਂਦੀਆਂ ਨੇ, ਅਵਾਰਾ ਪਸ਼ੂਆਂ ਨੂੰ ਭਗਵਾਨ ਕਹਿ ਕੇ ਪੂਜਿਆ ਜਾਂਦਾ ਹੈ, ਪਸ਼ੂਆਂ ਤੋਂ ਲੈ ਕੇ ਜ਼ਹਿਰੀਲੇ ਕੀੜੇ ਮਕੌੜਿਆਂ, ਸੱਪਾਂ ਤੋਂ ਲੈ ਕੇ ਪਸ਼ੂਆਂ ਤੱਕ ਦੀ ਪੂਜਾ ਕੀਤੀ ਜਾਂਦੀ ਹੈ, ਰੁੱਖਾਂ ਆਦਿਕ ਦੀਆਂ ਜੜ੍ਹਾਂ ਦੇ ਨਾਲ ਤੇਲ ਪਾ ਕੇ ਉਹਨਾਂ ਨੂੰ ਸੁਕਾ ਦਿੱਤਾ ਜਾਂਦਾ ਹੈ ਇਸੇ ਭਰਮ ਦੇ ਖਾਤਰ। ਇਹ ਕਿੰਨਾ ਵੱਡਾ ਮਾਇਆ ਜਾਲ ਹੈ, ਇਸ ਦਾ ਕੋਈ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ। ਮਨੁੱਖ ਦੇ ਅੰਦਰ ਦੇ ਵਹਿਮ ਨੇ, ਭਰਮ ਨੇ ਤੇ ਉਸ ਦੀ ਅਗਿਆਨਤਾ ਨੇ ਇੰਨਾ ਕੁ ਹਸ਼ਰ ਕੁਦਰਤ ਦਾ ਬੁਰਾ ਕਰ ਦਿੱਤਾ ਹੋਇਆ ਹੈ ਕਿ ਮਨੁੱਖ ਹਰ ਇੱਕ ਚੀਜ਼ ਨੂੰ ਵਹਿਮ ਦੀ ਨਜ਼ਰ ਨਾਲ, ਭਰਮ ਦੀ ਨਜ਼ਰ ਨਾਲ ਵੇਖਦਾ ਹੋਇਆ ਕਰਮ ਕਾਂਡ ਦੇ ਇਸ ਜਾਲ ਦੇ ਵਿੱਚ ਹੱਦੋਂ ਬਾਹਰਾ ਫਸਿਆ ਹੋਇਆ ਹੈ। ਤੋ ਆਪਾਂ ਜ਼ਿਕਰ ਕਰ ਰਹੇ ਸਾਂ ਵੀ ਸਾਹਿਬ ਸਤਿਗੁਰੂ ਨੇ ਬਾਣੀ ਦੇ ਅੰਦਰ ਇਸ ਅਜਿਹੇ ਬਹੁਤ ਸਾਰੇ ਕਰਮਾਂ ਦਾ ਵਿਸ਼ਲੇਸ਼ਣ ਕਰਕੇ ਮਨੁੱਖ ਨੂੰ ਇੱਕੋ ਚੀਜ਼ ਬਾਰ ਬਾਰ ਦ੍ਰਿੜ ਕਰਾਈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਸਮਝੇ, ਉਹ ਗੁਰੂ ਦੇ ਸ਼ਬਦ ਅਨੁਕੂਲ ਸੁਚੱਜਾ ਸੁਚਿਆਰਾ ਵਿਹਾਰ ਕਰਦਿਆਂ ਉੱਚਾ ਸੁੱਚਾ ਜੀਵਨ ਬਤੀਤ ਕਰੇ, ਕੁਦਰਤ ਨਾਲ ਪ੍ਰੇਮ ਕਰੇ, ਸਮਾਜ ਵਿੱਚ ਰਹਿੰਦਿਆਂ ਹੋਇਆਂ ਚੰਗਾ ਆਚਰਣ ਰੱਖੇ, ਹਿਰਦੇ ਅੰਦਰ ਰੱਬ ਦੀ ਭੈ ਭਾਵਨੀ ਰੱਖਦਿਆਂ ਹੋਇਆਂ ਉੱਤਮ ਦੈਵੀ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰੇ। ਇਸੇ ਨੂੰ ਹੀ ਗੁਰੂ ਪਾਤਸ਼ਾਹ ਜੀ ਨੇ ਸਮੁੱਚੇ ਰੂਪ ਵਿੱਚ ਇੱਕ ਚੰਗੇ ਮਨੁੱਖ ਦੀਆਂ ਨਿਸ਼ਾਨੀਆਂ ਬਿਆਨ ਕੀਤਾ ਹੈ ਤੇ ਇਹੀ ਧਰਮ ਹੈ ਜਿਸ ਨੂੰ ਗੁਰੂ ਸਾਹਿਬ ਨੇ ਦ੍ਰਿੜ ਕਰਨ ਵਾਸਤੇ ਕਿਹਾ ਹੈ। ਹੁਣ ਆਪਾਂ ਜ਼ਰਾ ਗੌਰ ਕਰੀਏ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਵੱਲੀ। ਕਬੀਰ ਸਾਹਿਬ ਫਰਮਾਉਂਦੇ ਨੇ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ,
ਹੇ ਮਨੁੱਖ ਜਪ ਕਰਦਾ ਹੈ, ਤਪ ਕਰਦਾ ਹੈ, ਵਰਤ ਰੱਖਦਾ ਹੈ ਔਰ ਕਈ ਭਾਂਤ ਸੁਭਾਂਤੀਆਂ ਵੱਖ ਵੱਖ ਸ਼ਕਤੀਆਂ ਦੀ ਵੱਖ ਵੱਖ ਤਰੀਕੇ ਨਾਲ ਵੱਖ ਵੱਖ ਅਲੈਦਾ ਅਲੈਦਾ ਵਿਧਾਨ ਦੇ ਮੁਤਾਬਕ ਤੂੰ ਪੂਜਾ ਅਰਚਨਾ ਕਰਦਾ ਹੈ। ਪਰ ਇੱਕ ਚੀਜ਼ ਤੇ ਚੇਤੇ ਵਿੱਚ ਰੱਖੀ, ਜਾਕੈ ਹਿਰਦੈ ਭਾਉ ਹੈ ਦੂਜਾ। ਜਿਨ੍ਹਾਂ ਦੇ ਹਿਰਦੇ ਸ਼ੁੱਧ ਨਹੀਂ, ਜਿਹੜੇ ਆਪਣੇ ਹਿਰਦੇ ਤੋਂ ਹੀ ਖੁੰਝੇ ਹੋਏ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਲੋਭ, ਹਿਰਸ, ਵਿਕਾਰ, ਅਗਿਆਨਤਾ ਇਹ ਸਭ ਕੁਝ ਭਰਿਆ ਪਿਆ ਹੈ, ਉਹਨਾਂ ਦੇ ਜਪ, ਉਹਨਾਂ ਦੇ ਤਪ, ਉਹਨਾਂ ਦੀ ਕੀਤੀ ਪੂਜਾ, ਉਹਨਾਂ ਦੇ ਰੱਖੇ ਵਰਤੇ ਸਭ ਕੁਝ ਨਿਸ਼ਫਲ ਕਰਮ ਨੇ। ਔਰ ਉਹ ਮਨੁੱਖ ਆਪਣੇ ਹਿਰਦੇ ਤੋਂ ਖੁੰਝੇ ਹੋਏ ਜਿਹੜੇ ਨੇ, ਹਿਰਦੇ ਤੋਂ ਖੁੰਝਣਾ ਕੀ ਹੈ, ਭਾਉ ਦੂਜਾ ਰੱਖਣਾ ਕੀ ਹੈ, ਇਸ ਨੂੰ ਜ਼ਰਾ ਸਮਝਣ ਦਾ ਯਤਨ ਕਰੀਏ। ਦੂਜੇ ਭਾਅ ਦਾ ਅਰਥ ਹੈ ਪਰਮੇਸ਼ਰ ਦੇ ਹੁਕਮ ਤੋਂ ਖੁੰਝ ਕੇ ਇਹ ਸਮਝਣਾ ਵੀ ਹੁਕਮ ਤੋਂ ਬਾਹਰਾ ਵੀ ਕੁਝ ਵਾਪਰ ਰਿਹਾ ਹੈ ਤੇ ਮੇਰੇ ਆਪਣੇ ਕਰਮ ਕਾਂਡਾਂ ਦੇ ਨਾਲ ਪਰਮੇਸ਼ਰ ਦੇ ਹੁਕਮ ਨੂੰ ਮੈਂ ਬਦਲ ਸਕਦਾ ਹਾਂ, ਪਰਮੇਸ਼ਰ ਦੇ ਹੁਕਮ ਵਿੱਚ ਤਬਦੀਲੀ ਕਰ ਸਕਦਾ। ਇਹ ਦੂਜੇ ਭਾਅ ਦੀ ਸੋਚ ਹੈ, ਇਹ ਦੂਜੇ ਭਾਅ ਵਿੱਚ ਮਨ ਦਾ ਲੱਗਣਾ ਹੈ। ਸਤਿਗੁਰੂ ਜੀ ਆਖਦੇ ਨੇ ਅਜਿਹਾ ਦੂਜੇ ਭਾਅ ਵਿੱਚ ਲੱਗਿਆ ਹੋਇਆ ਮਨੁੱਖ ਆਪਣੇ ਅੰਦਰ ਵਸਦੇ ਹੋਏ ਪਰਮੇਸ਼ਰ ਦੀ ਪਛਾਣ ਨਹੀਂ ਕਰਦਾ। ਅਕਾਲ ਪੁਰਖ ਨੇ ਜੋ ਉਹਦੇ ਅੰਦਰ ਚੰਗਾ ਕਰਨ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਨੇ, ਜੋ ਬਾਹਰ ਚਾਰ ਸਵੇਰੇ ਹਰ ਜਗ੍ਹਾ ਹੁਕਮ ਦਾ ਵਰਤਾਰਾ ਵਰਤ ਰਿਹਾ ਹੈ, ਉਸ ਹੁਕਮ ਤੋਂ ਖੁੰਝ ਕੇ, ਪਰਮੇਸ਼ਰ ਦੀਆਂ ਦਾਤਾਂ ਤੇ ਬਖਸ਼ਿਸ਼ਾਂ ਤੋਂ ਖੁੰਝ ਕੇ ਮਨੁੱਖ ਯਕੀਨ ਕਾਹਦੇ ਤੇ ਕਰਦਾ ਹੈ? ਮੰਤਰ ਜਾਪਾਂ ਦੀ ਸ਼ਕਤੀ ਦੇ ਉੱਤੇ, ਤਾਪ ਸਾਧਨਾਵਾਂ ਦੇ ਉੱਤੇ, ਭਿੰਨ ਭਿੰਨ ਵਿਧੀਆਂ ਦੇ ਨਾਲ ਕੀਤੀ ਜਾਂਦੀ ਪੂਜਾ ਦੇ ਉੱਤੇ, ਭਿੰਨ ਭਿੰਨ ਵਿਧੀਆਂ ਦੇ ਰੱਖੇ ਜਾਂਦੇ ਵਰਤਾਂ ਦੇ ਉੱਤੇ। ਇਹ ਸਾਰੇ ਕਰਮ ਭਗਤ ਕਬੀਰ ਸਾਹਿਬ ਕਹਿੰਦੇ, ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਹੇ ਭਾਈ, ਮੈਂ ਤੈਨੂੰ ਇਹ ਸਲਾਹ ਦਿੰਦਾ ਹਾਂ, ਆਪਣੇ ਮਨ ਨੂੰ ਰੱਬੀ ਗੁਣਾਂ ਦੀ ਯਾਦ ਵਿੱਚ ਪਰੋਈ ਰੱਖ। ਤੇਰੀਆਂ ਇਹ ਜਿਹੜੀਆਂ ਚਤੁਰਾਈਆਂ ਨੇ, ਜਪ ਵਾਲੀਆਂ, ਤਪ ਵਾਲੀਆਂ, ਵਰਤ ਰੱਖਣ ਵਾਲੀਆਂ, ਪੂਜਾ ਅਰਚਨਾ ਵਾਲੀਆਂ, ਹੋਰ ਕਰਮ ਕਾਂਡਾਂ ਵਾਲੀਆਂ, ਇਹਨਾਂ ਦੇ ਨਾਲ ਤੂੰ ਸੱਚ ਦੀ ਮੰਜ਼ਿਲ ਨੂੰ ਪਾ ਨਹੀਂ ਸਕੇਗਾ। ਅਜਿਹੇ ਯਤਨਾਂ ਦੇ ਨਾਲ ਤੂੰ ਕਰਤੇ ਅਕਾਲ ਪੁਰਖ ਨਾਲ ਸਾਂਝ ਨਹੀਂ ਬਣਾ ਸਕਦਾ। ਆਪਣੇ ਜੀਵਨ ਨੂੰ ਸਚਿਆਰਾ ਬਣਾ ਕੇ ਉੱਤਮ ਕਿਰਦਾਰ ਆਪਣਾ ਨਹੀਂ ਇਹਨਾਂ ਕਰਮਾਂ ਦੇ ਨਾਲ ਤੂੰ ਘੜ ਸਕਦਾ। ਇਸ ਲਈ ਸਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਤੈਨੂੰ ਕੀ ਕਰਨਾ ਹੋਏਗਾ? ਪਰ ਹਰ ਲੋਭ ਅਰ ਲੋਕਾਚਾਰ, ਆਪਣੇ ਅੰਦਰੋਂ ਲੋਭ ਤ੍ਰਿਸ਼ਨਾ ਦੀ ਬਿਰਤੀ ਦਾ ਤਿਆਗ ਕਰ। ਲੋਭ ਵਸ ਹੋਇਆ ਮਨੁੱਖ ਪਰ ਧਨ ਵੱਲ ਮੈਲੀ ਨਜ਼ਰ ਰੱਖਦਾ ਹੈ, ਚੋਰੀ, ਜਾਰੀ, ਠੱਗੀ, ਬੇਈਮਾਨੀ, ਪਾਪ, ਜ਼ੁਲਮ, ਅਤਿਆਚਾਰ, ਕਿੰਨੇ ਕ ਐਸੇ ਕੁਕਰਮ ਕਰਦਾ ਹੈ, ਕਿਉਂਕਿ ਅੰਦਰ ਲੋਭ ਹੈ। ਦੂਜੇ ਮਨੁੱਖ ਦੇ ਹੱਕ ਦੇ ਉੱਤੇ ਨਜ਼ਰ ਰੱਖਦਾ ਹੈ ਤੇ ਉਸ ਨੂੰ ਹਾਸਲ ਕਰਨ ਲਈ ਹਰ ਕਿਸਮ ਦੀ ਚਾਰਾਜੋਈ ਕਰਦਾ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ, ਜੇ ਤੂੰ ਅੰਦਰੋਂ ਲੋਭ ਛੱਡਦਾ ਹੈ, ਤੂੰ ਵੀ ਸੁਖੀ ਹੋ ਜਾਏਗਾ, ਸੰਤੁਸ਼ਟ ਹੋ ਜਾਏਗਾ, ਆਪਣੀ ਨੇਕ ਕਮਾਈ ਵਿੱਚ ਖੁਸ਼ ਰਹਿਣ ਦੀ ਤੈਨੂੰ ਜਾਚ ਆਏਗੀ। ਤੇ ਜੇ ਹਰ ਮਨੁੱਖ ਇਸ ਔਗਣ ਦਾ ਤਿਆਗ ਕਰਦਾ ਹੈ ਤੇ ਸਮਾਜ, ਸੰਸਾਰ ਬਹੁਤ ਉੱਤਮ ਬਣ ਜਾਏਗਾ। ਇਸ ਲੋਭ ਦੇ, ਇਸ ਹਿਰਸ ਦੇ ਔਰ ਇਸ ਵਾਸ਼ਨਾ ਦੇ ਸਦਕਾ ਹੀ ਮਨੁੱਖ ਕਲਪਤ ਰੱਬ ਬਣਾਉਂਦਾ ਹੈ, ਉਸ ਕਲਪਤ ਰੱਬ ਦੀ ਪੂਜਾ ਕਰਦਾ ਹੈ, ਭਿੰਨ ਭਿੰਨ ਸ਼ਕਤੀਆਂ ਦੇ ਅੱਗੇ ਗੋਡੇ ਰਗੜਦਾ ਹੈ, ਪਰਮੇਸ਼ਰ ਦੇ ਹੁਕਮ ਨੂੰ ਤੇ ਪਰਮੇਸ਼ਰ ਨੂੰ ਵਿਸਾਰ ਕੇ ਮਨੁੱਖ ਹੋਰ ਹੋਰ ਕਰਮਾਂ ਦੇ ਵਿੱਚ ਲੱਗਾ ਹੋਇਆ ਹੈ। ਤੋ ਭਗਤ ਜੀ ਨੇ ਕਿੰਨੇ ਆਲਾ ਦਰਜੇ ਦੇ ਬੋਲ ਕੇ ਕਹਿਣ ਲੱਗੇ, ਪਰ ਹਰ ਲੋਭ ਹਰ ਲੋਕਾਚਾਰ। ਲੋਕਾਚਾਰ ਦਾ ਮਤਲਬ ਹੈ ਲੋਕ ਵਿਖਾਵੇ ਦੇ ਕਰਮ, ਲੋਕਾਂ ਦੀਆਂ ਅੱਖਾਂ ਨੂੰ ਚੰਗੇ ਲੱਗਣ ਵਾਲੇ ਕਰਮ।
ਇਹ ਲੋਕਾਚਾਰੀ ਕਰਮਾਂ ਦਾ ਵੀ ਤਿਆਗ ਕਰ ਜਿਹੜੇ ਤੇਰੇ ਜੀਵਨ ਦੇ ਲਈ ਤੇਰੇ ਸਮਾਜ ਦੇ ਲਈ ਭਲੇ ਜਾਂ ਉੱਤਮ ਨਹੀਂ ਉਹ ਕਰਮ ਤੂੰ ਲੋਕ ਵਿਖਾਵੇ ਲਈ ਕਿਉਂ ਕਰਦਾ ਹੈ। ਫਿਰ ਕਹਿੰਦੇ ਨੇ ਕਰਮ ਕਰਤ ਬੱਧੇ ਅਹਮੇਵ। ਇੱਕ ਵਚਨ ਉਹਨਾਂ ਨੇ ਹੋਰ ਕਿਹਾ, ਕਹਿਣ ਲੱਗੇ ਮਿਲ ਪਾਥਰ ਕੀ ਕਰਹੀ ਸੇਵ, ਕਹਿਣ ਲੱਗੇ ਪੱਥਰਾਂ ਦੀ ਤੂੰ ਪੂਜਾ ਕਰਦਾ ਹੈ। ਫਿਰ ਕਹਿਣ ਲੱਗੇ ਕਰਮ ਕਰਤ ਬੱਧੇ ਅਹਮੇਵ, ਤੂੰ ਆਪਣੇ ਮਨ ਵਿੱਚ ਇਹਨਾਂ ਕਰਮ ਕਾਂਡਾਂ ਦੀ ਪ੍ਰੈਕਟਿਸ ਕਰਕੇ ਅਭਿਆਸ ਕਰ, ਜਿੰਨੇ ਤੂੰ ਕਰਮ ਕਾਂਡ ਕਰੀ ਜਾ ਰਿਹਾ ਹੈ ਓਨਾ ਹੀ ਤੇਰੇ ਅੰਦਰ ਅਹੰਕਾਰ ਵੱਧਦਾ ਤੁਰਿਆ ਜਾ ਰਿਹਾ। ਹੁਣ ਤੁਸੀਂ ਵੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਕਰਮ ਕਾਂਡੀ ਮਨੁੱਖ ਦੇ ਸੁਭਾਅ ਦਾ ਕਿੰਨਾ ਸੋਹਣਾ ਸਤਿਗੁਰੂ ਜੀ ਨੇ ਨਕਸ਼ਾ ਖਿੱਚਿਆ। ਸਤਿਗੁਰੂ ਕਹਿੰਦੇ ਮੰਨ ਲਓ ਕੋਈ ਮਨੁੱਖ ਬਹੁਤ ਸਾਰੇ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਤੇ ਕੋਈ ਮਨੁੱਖ ਆਪਣੇ ਸਰੀਰ ਨੂੰ ਤਪਾ ਕੇ ਦੁਖੀ ਕਰਕੇ ਸਰੀਰ ਨੂੰ ਕਸ਼ਟ ਦੇ ਕੇ ਤਪ ਸਾਧਦਾ ਹੈ, ਕੋਈ ਮਨੁੱਖ ਦਾਨ ਆਦਿਕ ਮਿੱਥੇ ਹੋਏ ਤਰੀਕਿਆਂ ਦੇ ਨਾਲ ਦਿੰਦਾ ਹੈ ਤੇ ਕੋਈ ਅਖੌਤੀ ਜੈਨੀਆਂ ਵਾਂਗ ਕੋਈ ਦਇਆ ਦਾ ਪ੍ਰਗਟਾਵਾ ਕਰਦਾ ਹੈ ਜਿਹੜੀ ਕਿ ਸੰਭਵ ਹੀ ਨਹੀਂ ਜੀਵਨ ਦੇ ਅੰਦਰ, ਜਿਹੜਾ ਕਿ ਅਨਨੈਚੁਰਲ ਗੈਰ ਕੁਦਰਤੀ ਢੰਗ ਦੇ ਨਾਲ ਦਇਆ ਦਾ ਪ੍ਰਗਟਾਵਾ ਕਰਨਾ ਹੈ। ਸਤਿਗੁਰੂ ਨੇ ਆਖਿਆ ਵੀ ਜੇ ਸਾਰੇ ਕਰਮਾਂ ਦੇ ਵਿੱਚੋਂ ਜੇ ਮੰਨ ਵੀ ਲਈਏ ਵੀ ਕੋਈ ਪ੍ਰਾਪਤੀ ਹੁੰਦੀ ਹੈ ਤੇ ਉਹ ਇੱਕੋ ਹੀ ਹੁੰਦੀ ਹੈ, ਇਹਨਾਂ ਕਰਮਾਂ ਨਾਲ ਨਾ ਮਨੁੱਖ ਦਾ ਜੀਵਨ ਸਚਿਆਰਾ ਬਣਦਾ ਹੈ, ਨਾ ਸਮਾਜ ਨੂੰ ਕੋਈ ਚੰਗੀ ਦੇਣ ਦਿੱਤੀ ਜਾਂਦੀ ਹੈ, ਨਾ ਮਨੁੱਖ ਦਾ ਕਰਮ ਉੱਚਾ ਹੁੰਦਾ ਹੈ ਤੇ ਨਾ ਹੀ ਰੱਬ ਨਾਲ ਪਿਆਰ ਪੈਂਦਾ ਹੈ। ਫਿਰ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਇਹਨਾਂ ਸਾਰੇ ਕਰਮਾਂ ਦਾ ਜੇ ਕੋਈ ਨਿਚੋੜ ਨਿਕਲਦਾ ਵੀ ਤੇ ਕੀ ਨਿਕਲਦਾ ਹੈ? ਸਤਿਗੁਰੂ ਕਹਿੰਦੇ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ, ਜੇ ਕੋਈ ਪ੍ਰਾਪਤ ਕਰਦਾ ਵੀ ਹੈ ਨਾ ਤਾਂ ਤਿਲ ਮਾਤਰ ਮਾਣ। ਵੀ ਸਾਰੀ ਉਮਰ ਤੀਰਥਾਂ ਤੇ ਕੱਢਣ ਵਾਲੇ ਨੂੰ ਲੋਕ ਇੰਨਾ ਕਹਿੰਦੇ ਨੇ ਵੀ ਵਾਹ ਵਾਹ ਬਹੁਤ ਵੱਡਾ ਤੀਰਥ ਸ਼ਨਾਨੀ ਹੈ, ਔਰ ਇਹ ਚੀਜ਼ ਉਹਦੇ ਮਨ ਅੰਦਰ ਭਰਮ ਪੈਦਾ ਕਰਦੀ ਹੈ ਵੀ ਮੇਰਾ ਇਹ ਕੰਮ ਕਿੰਨਾ ਚੰਗਾ ਹੈ, ਲੋਕ ਇਹਨੂੰ ਸਲਾਹ ਰਹੇ ਨੇ। ਜੇ ਕੋਈ ਸਾਰੀ ਉਮਰ ਤਪੱਸਿਆ ਕਰਦਾ ਹੈ ਕੁਝ ਗ੍ਰਿਸ਼ਤੀ ਆਪਣੇ ਲੋਭ ਲਾਲਚ ਤੇ ਹਿਰਸ ਦੇ ਬੱਝੇ ਹੋਏ ਇੱਛਾਵਾਂ ਦੀ ਪੂਰਤੀ ਖਾਤਰ ਇਸ ਭਰਮ ਵਿੱਚ ਵੀ ਤਪੱਸਵੀ ਕੋਈ ਬਹੁਤ ਵੱਡੀ ਚੀਜ਼ ਹੈ, ਖੌਰੇ ਦਾ ਰੱਬ ਦੇ ਨਾਲ ਮਿਲਾਪ ਹੋਇਆ ਹੋਵੇ ਤੇ ਖੌਰੇ ਦੀ ਸੇਵਾ ਕਰਕੇ ਸਾਨੂੰ ਕੁਝ ਹਾਸਲ ਹੋ ਜਾਏ, ਉਹ ਇਸ ਲਾਲਚ ਦੇ ਬੱਝੇ ਹੋਏ ਉਹਦੇ ਅੱਗੇ ਨਿਉਂਦੇ ਨੇ ਤੇ ਤਪੱਸਵੀ ਇਸ ਭਰਮ ਵਿੱਚ ਜੀ ਰਿਹਾ ਹੈ ਕਿ ਇਹ ਤਾਪ ਨਿਸ਼ਚੈ ਹੀ ਕੋਈ ਬਹੁਤ ਵੱਡਾ ਕਰਮ ਹੈ, ਜਿਹੜੀ ਇੰਨੀ ਦੁਨੀਆ ਮੇਰੇ ਸਾਹਮਣੇ ਨਿਉਂ ਰਹੀ ਹੈ ਇਹਦਾ ਮਤਲਬ ਇਹ ਮੇਰੇ ਤਪ ਦਾ ਪ੍ਰਭਾਵ ਹੈ। ਹੁਣ ਉੱਥੇ ਦੋਵੇਂ ਹੀ ਮਨੁੱਖ ਭੁਲੇਖੇ ਦੇ ਵਿੱਚ ਨੇ, ਪੂਜਾ ਕਰਨ ਵਾਲਾ ਵੀ ਭੁਲੇਖੇ 'ਚ ਹੈ, ਪੂਜਾ ਕਰਵਾਉਣ ਵਾਲਾ ਵੀ ਭੁਲੇਖੇ 'ਚ ਹੈ। ਹੁਣ ਉਸ ਨੂੰ ਲੋਕ ਤਪੱਸਵੀ ਕਹਿੰਦੇ ਨੇ ਤੇ ਉਹ ਇੰਨੇ ਕੁ ਤਿਲ ਮਾਤਰ ਮਾਣ ਦੇ ਸਦਕੇ ਹੀ ਆਪਣੇ ਆਪ ਵਿੱਚ ਹੰਕਾਰ ਵਿੱਚ ਫੁੱਲਿਆ ਬੈਠਾ ਹੈ। ਇਹੀ ਹਸ਼ਰ ਅਖੌਤੀ ਦਇਆ ਕਰਨ ਵਾਲਿਆਂ ਦਾ ਤੇ ਇਹੀ ਹਸ਼ਰ ਅਖੌਤੀ ਦਾਨੀਆਂ ਦਾ ਹੁੰਦਾ ਹੈ। ਹੁਣ ਗੁਰੂ ਮਹਾਰਾਜ ਕਹਿੰਦੇ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ, ਪਰ ਐਸਾ ਨਹੀਂ ਵੀ ਗੁਰੂ ਸਾਹਿਬ ਨੇ ਕੇਵਲ ਇਹਨਾਂ ਕਰਮ ਕਾਂਡਾਂ ਦਾ ਖੰਡਨ ਹੀ ਕੀਤਾ ਹੈ, ਸੱਚ ਦਾ ਰਸਤਾ ਵੀ ਦੱਸਿਆ ਹੈ। ਉਹ ਕੀ ਹੈ? ਪਾਤਸ਼ਾਹ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸਤਿਗੁਰੂ ਕਹਿੰਦੇ ਨੇ ਭਾਈ ਪਰਮੇਸ਼ਰ ਦੇ ਗੁਣਾਂ ਨੂੰ ਗਾਈਏ, ਜਾਨੀ ਕਿ ਗੁਣਾਂ ਦਾ ਚਿੰਤਨ ਕਰੀਏ, ਪਰਮੇਸ਼ਰ ਦੇ ਗੁਣਾਂ ਨੂੰ ਆਪਣੀ ਸੁਰਤ 'ਚ ਵਸਾਈਏ ਔਰ ਆਪਣੇ ਮਨ ਅੰਦਰ ਰੱਬੀ ਗੁਣਾਂ ਦੇ ਪ੍ਰਤੀ, ਰੱਬ ਦੇ ਹੁਕਮ ਦੇ ਪ੍ਰਤੀ, ਰੱਬ ਦੀ ਖਲਕਤ ਦੇ ਪ੍ਰਤੀ ਪ੍ਰੇਮ ਭਾਵ ਪੈਦਾ ਕਰਕੇ ਰੱਖੀਏ, ਆਪਣੇ ਹਿਰਦੇ ਨੂੰ ਪ੍ਰੇਮ ਨਾਲ ਭਰ ਕੇ ਰੱਖੀਏ। ਸਤਿਗੁਰੂ ਆਖਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਿਹੜਾ ਜੀਵ ਇਸ ਤਰ੍ਹਾਂ ਜੀਵਨ ਬਤੀਤ ਕਰਦਾ ਹੈ, ਇਸ ਤਰ੍ਹਾਂ ਜੀਵਨ ਜਿਉਂਦਾ ਹੈ, ਸਤਿਗੁਰੂ ਕਹਿੰਦੇ ਉਹ ਆਪਣੇ ਅੰਦਰ ਦੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ, ਉਹਦਾ ਹਿਰਦਾ ਸੁੱਖ ਦੇ ਨਾਲ ਭਰ ਜਾਂਦਾ ਹੈ। ਸਤਿਗੁਰੂ ਨੇ ਉਸੇ ਨੂੰ ਸੁਖੀ ਜੀਵਨ ਵਾਲਾ ਬਿਆਨ ਕੀਤਾ ਹੈ ਬਾਣੀ ਦੇ ਅੰਦਰ।
ਤੋ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਪਾਂ ਇੱਕ ਮੁਬਾਰਕ ਸ਼ਬਦ ਪੜ੍ਹਦੇ ਹਾਂ ਜਿਸ ਵਿੱਚ ਸਾਹਿਬ ਕਹਿੰਦੇ ਨੇ, ਹਰ ਬਿਨ ਅਵਰ ਕਿਰਿਆ ਬਿਰਥੇ। ਸਾਹਿਬ ਜੀ ਦਾ ਗੌੜੀ ਰਾਗ ਵਿੱਚ ਇਹ ਸ਼ਬਦ ਹੈ ਜਿਸ ਵਿੱਚ ਮਹਾਰਾਜ ਨੇ ਫਰਮਾਇਆ, ਕਹਿਣ ਲੱਗੇ ਪਰਮੇਸ਼ਰ ਦੇ ਗੁਣਾਂ ਨੂੰ, ਰੱਬ ਦੇ ਨਾਮ ਨੂੰ ਜੀਵਨ ਵਿੱਚ ਵਸਾਏ ਬਿਨਾਂ ਬਾਕੀ ਜਿਹੜੀਆਂ ਅਸੀਂ ਕਰਮ ਕਾਂਡੀ ਕਿਰਿਆਵਾਂ ਕਰਦੇ ਹਾਂ ਇਹ ਭਾਈ ਉਹ ਸਾਰੀਆਂ ਬਿਰਥੀਆਂ ਨੇ। ਤੇ ਸਤਿਗੁਰੂ ਨੇ ਤਾਂ ਇੱਥੋਂ ਤੱਕ ਫਰਮਾਇਆ, ਕਹਿਣ ਲੱਗੇ ਜਾਪ ਤਾਪ ਸੰਜਮ ਕਰਮ ਕਮਾਣੇ। ਪਾਤਸ਼ਾਹ ਕਹਿੰਦੇ ਮਨੁੱਖ ਜਪ ਕਰਦਾ ਹੈ, ਤਪ ਕਰਦਾ ਹੈ, ਸੰਜਮ ਕੁਝ ਆਪਣੇ ਬਣਾਏ ਹੋਏ ਮਿਥਿਆ ਕਿਸਮ ਦੇ ਪਰਹੇਜ਼ ਰੱਖਦਾ ਹੈ, ਕਰਮ ਕਮਾਣੇ ਐਸੇ ਕਰਮ ਕਰਦਾ। ਇਹ ਉਰੇ ਮੂਸੇ, ਉਰੇ ਦਾ ਮਤਲਬ ਉਰੇ ਹੀ, ਮਹਾਰਾਜ ਕਹਿੰਦੇ ਇਹਨਾਂ ਨੂੰ ਤਾਂ ਇੱਥੇ ਹੀ ਲੁੱਟ ਲਿਆ ਜਾਂਦਾ ਹੈ, ਯਾਨੀ ਕਿ ਸਾਡੇ ਜੀਵਨ ਦੇ ਪੈਂਡੇ ਵਿੱਚ ਪਰਮੇਸ਼ਰ ਵਾਲੇ ਪਾਸੇ ਤੁਰਦਿਆਂ ਇਹਨਾਂ ਚੋਂ ਇੱਕ ਵੀ ਕਰਮ ਸਾਡਾ ਸਾਥ ਨਹੀਂ ਦਿੰਦਾ। ਇਹ ਉਰੇ ਮੂਸੇ, ਮੂਸੇ ਦਾ ਮਤਲਬ ਲੁੱਟੇ ਜਾਂਦੇ ਨੇ। ਕੌਣ ਲੁੱਟਦਾ? ਇਹ ਤਾਂ ਸਭ ਹੰਕਾਰ ਦਾ ਖਾਜਾ ਬਣਦੇ ਨੇ। ਇਹਨਾਂ ਨਾਲ ਹੰਕਾਰ ਤਾਂ ਜੀਵਨ ਵਿੱਚ ਆ ਸਕਦਾ ਹੈ, ਪਰ ਇਹਨਾਂ ਨਾਲ ਮਨੁੱਖ ਦੀ ਮਾਨਸਿਕ ਸੁਰਤ ਦੀ ਬਣਤਰ ਨਹੀਂ ਬਦਲ ਸਕਦੀ, ਮਨੁੱਖ ਦੇ ਅੰਦਰ ਦੀ ਵਿਸ਼ੇ ਵਿਕਾਰਾਂ ਦੀ ਮੈਲ ਨਹੀਂ ਨਿਕਲ ਸਕਦੀ। ਹਾਂ, ਇਹ ਵੱਧ ਹੰਕਾਰ ਜ਼ਰੂਰ ਜੀਵਨ 'ਚ ਪੈਦਾ ਕਰਦੇ ਨੇ, ਜਿਵੇਂ ਆਪਾਂ ਸਤਿਗੁਰੂ ਜੀ ਦੀ ਅਸ਼ਟਪਦੀ ਦਾ ਪਾਠ ਪੜ੍ਹਦੇ ਹਾਂ ਜਿਸ ਵਿੱਚ ਮਹਾਰਾਜ ਕਹਿੰਦੇ ਪਾਠ ਪੜ੍ਹਿਓ ਹਰ ਦੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੁੰ ਬੁੱਧ ਬਾਂਧੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਫਿਰ ਫਰਮਾਉਂਦੇ ਨੇ ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਅੱਗੇ ਫਿਰ ਬਹੁਤ ਕਰਮਾਂ ਦਾ ਜ਼ਿਕਰ ਕੀਤਾ, ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਜਾਏ ਧਰਤੀ ਪ੍ਰਮਿਓ ਡੁੱਬਦਾ ਛੁਟਕੈ ਨਾਹੀ ਇਤਿਆਦਿ। ਬਹੁਤ ਸਾਰੇ ਸਤਿਗੁਰੂ ਨੇ ਕਰਮਾਂ ਦਾ ਇਸ ਵਿੱਚ ਜ਼ਿਕਰ ਕਰਕੇ ਮੁੱਖ ਭਾਵ ਕੀ ਬਿਆਨ ਕੀਤਾ, ਅਧਿਕ ਅਹੁੰ ਬੁੱਧ ਬਾਂਧੇ। ਇਹ ਸਾਰੇ ਕਰਮ ਕਰਦਿਆਂ ਮਨੁੱਖ ਦੇ ਅੰਦਰ ਅਹੰਕਾਰ ਵਾਲੀ ਬੁੱਧੀ ਦਾ ਹੋਰ ਵਾਧਾ ਹੁੰਦਾ ਜਾਂਦਾ ਹੈ ਕਿ ਮੈਂ ਜਪੀ ਹਾਂ, ਮੈਂ ਤਪੀ ਹਾਂ, ਮੈਂ ਬਹੁਤ ਮੰਤਰ ਪੜ੍ਹਦਾ ਹਾਂ, ਮੈਂ ਧਰਮ ਗ੍ਰੰਥਾਂ ਦੇ ਪਠਨ ਪਾਠ ਕਰਦਾ ਹਾਂ, ਮੈਂ ਬੜੇ ਕਸ਼ਟ ਸਹਿੰਦਾ ਹਾਂ, ਮੈਂ ਬੜੇ ਦਾਨ ਦਿੱਤੇ ਹਨ, ਮੈਂ ਬੜੀਆਂ ਯਾਤਰਾਵਾਂ ਕੀਤੀਆਂ ਹਨ। ਪਰ ਗੁਰੂ ਮਹਾਰਾਜ ਕਹਿੰਦੇ ਨੇ ਅਸਲ ਨੁਕਤਾ ਤੇ ਇਹ ਹੈ ਜਾਣਨ ਵਾਲਾ, ਜੀਵਨ ਨੂੰ ਸਫਲ ਕਰਨ ਵਾਲਾ, ਉਹ ਕੀ ਹੈ? ਸਮਰਪਿਤ ਭਾਵ ਆਪਣੇ ਜੀਵਨ ਵਿੱਚ ਰੱਖ ਕੇ, ਆਪਣੀ ਹੋਂ ਦਾ ਤਿਆਗ ਕਰਕੇ, ਉਸ ਮਾਲਕ ਵਾਹਿਗੁਰੂ ਦੇ ਹੁਕਮ ਤੇ ਗੁਣਾਂ ਦਾ ਆਸਰਾ ਤੱਕਦਿਆਂ ਹੋਇਆਂ ਆਪਣੇ ਅੰਦਰ ਇਹ ਭਾਵ ਪੈਦਾ ਕਰਨਾ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਵਿਵੇਕ ਦਾ ਅਰਥ ਕੀ ਹੈ? ਵਿਚਾਰਵਾਨ ਬੁੱਧ, ਐਸੀ ਸੁਰਤ ਜਿੱਥੇ ਭਲੇ ਤੇ ਬੁਰੇ ਦੀ ਪਰਖ ਤੇ ਪਛਾਣ ਹੋ ਜਾਏ, ਜਿੱਥੇ ਗੁਣ ਤੇ ਔਗਣ ਦਾ ਭੇਤ ਸਮਝ ਵਿੱਚ ਆ ਜਾਏ, ਜਿੱਥੇ ਧਰਮ ਤੇ ਅਧਰਮ ਦਾ, ਪਾਪ ਤੇ ਪੁੰਨ ਦੀ ਪਛਾਣ ਕਰਨ ਵਾਲੀ ਮਨੁੱਖ ਦੇ ਅੰਦਰ ਸੈਂਸ, ਇਹ ਵਿਵੇਕਸ਼ੀਲਤਾ ਪੈਦਾ ਹੋ ਜਾਏ। ਤੋ ਸਤਿਗੁਰੂ ਕਹਿੰਦੇ ਅਸਲ ਤਾਂ ਜੀਵਨ ਨੂੰ ਜਿਹੜੀ ਸੇਧ ਹੈ ਉਹ ਵਿਵੇਕ ਨੇ ਦੇਣੀ ਹੈ, ਉਹ ਭਲੇ ਬੁਰੇ ਦੀ ਪਰਖ ਤੇ ਪਛਾਣ ਵਾਲੀ ਬੁੱਧ ਨੇ ਮਨੁੱਖ ਨੂੰ ਸਹੀ ਡਾਇਰੈਕਸ਼ਨ ਦੇਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ ਜਾਪੋ ਤਾਪੋ ਸੰਜਮ ਕਰਮ ਕਮਾਣੇ, ਇਹ ਉਰੇ ਮੂਸੇ। ਅੱਗੇ ਹੋਰ ਕੁਝ ਕਰਮ ਕਾਂਡਾਂ ਦਾ ਜ਼ਿਕਰ ਕਰਦਿਆਂ ਗੁਰੂ ਦੇਵ ਨੇ ਕਿਹਾ, ਕਹਿੰਦੇ ਨੇ ਵਰਤ ਨੇਮ ਸੰਜਮ ਮੈਂ ਰਹਿਤਾ, ਵਰਤ ਰੱਖਦਾ ਹੈ, ਕੁਝ ਗਿਣਤੀ ਦੇ ਨੇਮ ਧਾਰਨ ਕੀਤੇ ਹੋਏ ਹਨ ਤੇ ਕੁਝ ਆਪਣੇ ਬਣਾਏ ਹੋਏ ਭਰਮ ਦੇ ਮੁਤਾਬਕ ਕੁਝ ਪਰਹੇਜ਼ ਧਾਰਨ ਕਰ ਲਏ ਹਨ।
ਇਹਨਾਂ ਸਾਰੇ ਕਰਮਾਂ ਦੇ ਬੰਧਨ ਵਿੱਚ ਪਿਆ ਹੋਇਆ ਹੈ। ਭਰਤ ਨੇਮ ਸੰਜਮ ਮੈਂ ਰਹਿਤਾ ਤਿਨਕਾ ਆੜ ਨਾ ਪਾਇਆ। ਇਹਨਾਂ ਦਾ ਅੱਧੀ ਕੌਡੀ ਵੀ ਜੀਵਨ ਨੂੰ ਸਵਾਰਨ ਵਾਸਤੇ ਇਹਨਾਂ ਚੀਜ਼ਾਂ ਦਾ ਮੁੱਲ ਨਹੀਂ। ਪਾਤਸ਼ਾਹ ਕਹਿੰਦੇ ਨੇ ਆਗੈ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਹੈ। ਇਹ ਭਾਈ ਅਗਾਂ ਜੀਵਨ ਦੇ ਪੈਂਡੇ ਵਿੱਚ ਜੇ ਜੀਵਨ ਨੂੰ ਤੂੰ ਸਚਿਆਰ ਕਰਨਾ ਚਾਹੁੰਦਾ ਹੈ, ਪਰਮੇਸ਼ਰ ਦਾ ਮਿਲਾਪ ਲੈਣਾ ਚਾਹੁੰਦਾ ਹੈ, ਉੱਥੇ ਤੇ ਕੋਈ ਹੋਰ ਚੀਜ਼ ਕੰਮ ਆਉਂਦੀ ਹੈ। ਇਹ ਚੀਜ਼ਾਂ ਕਿਸੇ ਲੇਖੇ ਵਿੱਚ ਖਾਤੇ ਵਿੱਚ ਨਹੀਂ ਆਉਂਦੀਆਂ। ਪਾਤਸ਼ਾਹ ਫਰਮਾਉਂਦੇ ਨੇ ਤੀਰਥ ਨਹਾਏ ਅਰ ਧਰਨੀ ਭ੍ਰਮਤਾ ਆਗੈ ਠੌਰ ਨਾ ਪਾਵੈ। ਤੀਰਥਾਂ ਦੇ ਇਸ਼ਨਾਨ ਕੀਤੇ ਨੇ, ਧਰਤੀ ਦੀ ਯਾਤਰਾ ਕੀਤੀ, ਭ੍ਰਮਣ ਕੀਤਾ, ਫਿਰ ਹਜ਼ੂਰ ਕਹਿੰਦੇ ਨੇ ਊਹਾਂ ਕਾਮ ਨ ਆਵੈ ਇਹ ਬਿਦ ਉਹ ਲੋਗਨ ਹੀ ਪਤੀ ਆਵੈ। ਅਜਿਹੇ ਕਰਮ ਕਾਂਡ ਲੋਕਾਂ ਨੂੰ ਪਤਿਆਉਣ, ਰਿਝਾਉਣ, ਖੁਸ਼ ਕਰਨ, ਦੁਨੀਆਂ ਦੀ ਵਾਹ ਵਾਹ ਖੱਟਣ ਤੇ ਲੋਕਾਂ ਦੀਆਂ ਨਜ਼ਰਾਂ ਚ ਧਰਮੀ ਤੇ ਰੱਬ ਦਾ ਬੰਦਾ ਬਣ ਕੇ ਵਿਚਰਨ ਲਈ ਇੰਨਾ ਕੁ ਤਾਂ ਤੇਰਾ ਏ ਜਿਹੜਾ ਸਵਾਰਥ ਹੈ ਪੂਰਾ ਕਰ ਸਕਦੇ ਨੇ ਇਹ ਕਰਮ। ਪਰ ਸਤਿਗੁਰੂ ਕਹਿੰਦੇ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਐਨਾ। ਲੋਕਾਂ ਨੂੰ ਤਾਂ ਇਹਨਾਂ ਚੀਜ਼ਾਂ ਨਾਲ ਪਤਿਆ ਲਏਗਾ, ਵਿਖਾਵਾ ਕਰ ਲਏਗਾ, ਕਰਮ ਕਾਂਡ ਕਰ ਲਏਗਾ, ਕੁਝ ਗਿਣਤੀ ਮਿਣਤੀ ਦੇ ਹੋਰ ਯਤਨ ਕਰ ਲਏਗਾ, ਪਰ ਤੇਰੇ ਆਪਣੇ ਜੀਵਨ ਦਾ ਕੀ ਬਣੇਗਾ? ਕੀ ਕੇਵਲ ਲੋਕਾਂ ਦੀ ਖੁਸ਼ਾਮਦ ਵਾਹ ਵਾਹ ਖੱਟਣੀ ਹੀ ਮਨੁੱਖੀ ਜੀਵਨ ਦਾ ਅਸਲ ਮਨੋਰਥ ਹੈ? ਕੀ ਇਹਦੇ ਨਾਲ ਤੇਰੇ ਅੰਦਰ ਦੇ ਦੁੱਖ ਦਰਦ ਤਕਲੀਫਾਂ ਘੱਟ ਜਾਣਗੀਆਂ? ਕੀ ਇਹਦੇ ਨਾਲ ਤੂੰ ਆਪਣੇ ਇਸ ਮਨੁੱਖਾ ਜੀਵਨ ਦਾ ਸਹੀ ਲੁਤਫ ਤੇ ਆਨੰਦ ਲੈ ਸਕੇਗਾ? ਕੀ ਕਿਸੇ ਮਨੁੱਖ ਦੀ ਅਗਿਆਨਤਾ ਨੂੰ ਵਰਤ ਕੇ ਆਪਣੀ ਗਰਜ, ਆਪਣੇ ਸਵਾਰਥ, ਆਪਣੀ ਪੂਜਾ ਕਰਾ ਲੈਣੀ ਤੇ ਵਾਹ ਵਾਹ ਖੱਟ ਲੈਣੀ ਹੀ ਇਹਨਾਂ ਕਰਮ ਕਾਂਡਾਂ ਨੂੰ ਕਰਨ ਦਾ ਤੇਰਾ ਮਕਸਦ ਹੈ? ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਚਤੁਰ ਵੇਦ ਮੁਖ ਬਚਨੀ ਉਚਰੈ ਆਗੈ ਮਹਿਲ ਨਾ ਪਾਈਐ। ਭਾਵੇਂ ਕੋਈ ਚਾਰ ਵੇਦਾਂ ਦਾ ਜਾਂ ਕਿਸੇ ਵੀ ਧਰਮ ਗ੍ਰੰਥ ਦਾ ਪਠਨ ਪਾਠ ਲਗਾਤਾਰ ਕਰਦਾ ਰਹੇ। ਮਹਾਰਾਜ ਕਹਿੰਦੇ ਨੇ ਕੇਵਲ ਪੜ੍ਹਨ ਦੇ ਨਾਲ, ਖਾਸ ਵਿਧੀ ਨਾਲ ਮੰਤਰਾਂ ਨੂੰ ਉਚਾਰਨ ਕਰ ਲੈਣ ਦੇ ਨਾਲ ਉਹ ਪਰਮੇਸ਼ਰ ਦੇ ਦਰ ਢੋਈ ਨਹੀਂ ਲੈ ਸਕਦਾ, ਰੱਬ ਦਾ ਸਹੀ ਬੰਦਾ ਨਹੀਂ ਬਣ ਸਕਦਾ। ਬੁੱਝੈ ਨਾਹੀ ਏਕ ਸੁਧਾਕਰ ਉਹ ਸਗਲੀ ਝਾਕ ਚਖਾਈਐ। ਜੋ ਪੜ੍ਹਿਆ ਹੈ ਉਸ ਨੂੰ ਬੁੱਝਿਆ ਤੇ ਹੈ ਹੀ ਨਹੀਂ। ਇੱਕ ਅੱਧ ਅੱਖਰ ਵੀ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇੱਕ ਅੱਧ ਅੱਖਰ ਵੀ ਤੂੰ ਜੀਵਨ ਚ ਜੇ ਬੁੱਝਿਆ ਨਹੀਂ ਤੇ ਬੁੱਝ ਕੇ ਉਹਨੂੰ ਜਾਣਿਆ ਨਹੀਂ ਵੀ ਇਹਦਾ ਮੇਰੇ ਜੀਵਨ ਵਿੱਚ ਮਹੱਤਵ ਕੀ ਹੈ ਤੇ ਮੇਰੇ ਜੀਵਨ ਦਾ ਇਹ ਕਿਵੇਂ ਭਲਾ ਕਰਦਾ ਹੈ, ਕਹਿੰਦੇ ਨੇ ਫਿਰ ਤੂੰ ਪੜ੍ਹ ਪੜ੍ਹ ਕੇ ਖਪਾ ਹੀ ਕੀਤਾ। ਝਾਕ ਚਖਾਈਆ ਦਾ ਮਤਲਬ ਹੈ ਖਪਾ ਕਰਨਾ, ਵਾਧੂ ਦੀ ਮਿਹਨਤ ਕਰਨੀ। ਫਿਰ ਤੂੰ ਵਾਧੂ ਦੀਆਂ ਭਾਈ ਮੰਤਰ ਜਾਪ ਕਰਕੇ, ਧਰਮ ਗ੍ਰੰਥਾਂ ਦੇ ਪਠਨ ਪਾਠ ਕਰਕੇ ਵਾਧੂ ਦੀਆਂ ਮਿਹਨਤਾਂ ਹੀ ਕੀਤੀਆਂ ਨੇ। ਤੂੰ ਮਾਫ਼ ਕਰਨਾ ਸਾਧ ਸੰਗਤ ਜੀ, ਅਸੀਂ ਵੀ ਆਪਣੇ ਜੀਵਨ ਵਿੱਚ ਜਦੋਂ ਝਾਤ ਮਾਰ ਕੇ ਵੇਖੀਏ ਕਿ ਜਦੋਂ ਅਸੀਂ ਕੋਈ ਗੁਰੂ ਦਾ ਬਚਨ ਪੜ੍ਹਦੇ ਹਾਂ ਤੇ ਜੇ ਅਸੀਂ ਉਸ ਤੋਂ ਸੇਧ ਨਹੀਂ ਲੈਂਦੇ, ਗੁਰੂ ਦੇ ਬਚਨ ਦਾ ਅਸਰ ਪ੍ਰਭਾਵ ਜੇ ਅਸੀਂ ਆਪਣੇ ਜੀਵਨ ਵਿੱਚ ਕਬੂਲ ਨਹੀਂ ਕਰਦੇ, ਜੇ ਉਸਨੂੰ ਸਮਝਣ ਦੀ, ਜਾਣਨ ਦੀ, ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਤੇ ਕਿਤੇ ਐਸਾ ਤੇ ਨਹੀਂ ਕਿ ਜੋ ਗੁਰੂ ਜੀ ਨੇ ਕਿਹਾ ਉਸ ਨੂੰ ਅਸੀਂ ਪੜ੍ਹੀ ਵੀ ਜਾ ਰਹੇ ਹੋਈਏ ਤੇ ਉਸ ਤੋਂ ਉਲਟ ਅਸੀਂ ਕਰਮ ਵੀ ਕਰਦੇ ਜਾ ਰਹੇ ਹੋਈਏ? ਇਹ ਵੀ ਸਾਨੂੰ ਧਿਆਨ ਰੱਖਣਾ ਪਏਗਾ। ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਫਿਰ ਹਜ਼ੂਰ ਨੂੰ ਪੁੱਛਿਆ ਸਤਿਗੁਰੂ ਜੀ ਫਿਰ ਮਨੁੱਖ ਆਪਣੇ ਜੀਵਨ ਨੂੰ ਸਚਿਆਰੇਪਨ ਦੀ ਮੰਜ਼ਿਲ ਤੇ ਕਿਵੇਂ ਲੈ ਕੇ ਜਾਏ, ਫਿਰ ਮਨੁੱਖਾ ਜੀਵਨ ਸਫਲ ਕਿਵੇਂ ਹੋਏ, ਫਿਰ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਮਹੱਤਵਪੂਰਨ ਕਿਵੇਂ ਬਣੇ? ਤਾਂ ਸਤਿਗੁਰੂ ਨੇ ਜੁਗਤ ਦੱਸਦਿਆਂ ਹੋਇਆਂ ਫਰਮਾਇਆ, ਨਾਨਕ ਕਹਿ ਤੋ ਇਹ ਵਿਚਾਰਾ ਜੇ ਕਮਾਵੇ ਸੋ ਪਾਰ ਗ੍ਰਹਿ। ਪਾਤਸ਼ਾਹ ਕਹਿੰਦੇ ਭਾਈ ਮੈਂ ਇਹ ਵਿਚਾਰ ਦੱਸ ਰਿਹਾ, ਜਿਹੜਾ ਵੀ ਇਹਨੂੰ ਕਮਾਏਗਾ ਇਸ ਵਿਚਾਰ ਨੂੰ ਉਹ ਵਿਕਾਰਾਂ ਤੋਂ ਮੁਕਤ ਹੋ ਜਾਏਗਾ, ਉਹ ਜੀਵਨ ਵਿੱਚ ਵਾਪਰਨ ਵਾਲੀਆਂ, ਉੱਠਣ ਵਾਲੀਆਂ ਬਦੀਆਂ ਤੋਂ ਬਚਿਆ ਰਹੇਗਾ।
ਉਹ ਆਪਣੇ ਜੀਵਨ ਨੂੰ ਸਫਲਾ ਤੇ ਸਾਰਥਕ ਕਰ ਲਏਗਾ। ਉਹ ਤਰੀਕਾ ਕੀ ਹੈ? ਸਤਿਗੁਰੂ ਕਹਿੰਦੇ ਨੇ, ਗੁਰ ਸੇਵੋ ਅਰ ਨਾਮ ਧਿਆਵੋ ਤਿਆਗੋ ਮਨੋਗਮਾਨੀ। ਪਹਿਲਾ ਇਹ ਆਪਣੇ ਅੰਦਰੋਂ ਅਹੰਕਾਰ ਗੁਮਾਨ ਛੱਡੋ, ਤੇ ਗੁਮਾਨ ਨੂੰ ਛੱਡ ਕੇ ਗੁਰ ਸੇਵੋ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰੋ, ਤੇ ਫਿਰ ਜਿਉਂ ਜਿਉਂ ਤੁਸੀਂ ਗੁਰੂ ਉਪਦੇਸ਼ ਦੇ ਧਾਰਨੀ ਹੁੰਦੇ ਜਾਓਗੇ, ਤੁਹਾਡੀ ਸੁਰਤ ਪਰਮੇਸ਼ਰ ਦੇ ਗੁਣਾਂ ਤੇ ਨਾਮ ਵਿੱਚ ਰਤੀ ਜਾਏਗੀ, ਰੰਗੀ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਮਹਾਰਾਜ ਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ ਜਿਸ ਵਿੱਚ ਸਾਹਿਬ ਜੀ ਨੇ ਫਰਮਾਇਆ ਹੈ। ਮਹਾਰਾਜ ਕਹਿੰਦੇ ਨੇ, ਇੱਕ ਐਸੇ ਮਨੁੱਖ ਨੇ ਸੰਸਾਰ ਦੇ ਅੰਦਰ ਜਿਹੜੇ ਰੱਬ ਰੱਬ ਵੀ ਕਰਦੇ ਨੇ, ਜ਼ਬਾਨ ਤੇ ਉਹਨਾਂ ਦੇ ਪਰਮੇਸ਼ਰ ਦਾ ਨਾਮ ਹੁੰਦਾ ਹੈ, ਉਹ ਭਾਵੇਂ ਰਾਮ ਕਹਿਣ, ਅੱਲਾ ਕਹਿਣ, ਭਗਵਾਨ ਕਹਿਣ, ਖੁਦਾ ਕਹਿਣ, ਵਾਹਿਗੁਰੂ ਕਹਿਣ, ਬੀਠਲ ਕਹਿਣ, ਜੋ ਮਰਜ਼ੀ ਕਹਿਣ, ਪਰ ਜੇ ਉਹ ਆਪਣੇ ਅੰਦਰੋਂ ਕਪਟ ਨਹੀਂ ਛੱਡਦੇ, ਅੰਦਰ ਦਾ ਖੋਖਲਾਪਨ ਤਿਆਗਣ ਲਈ ਉਹ ਤਿਆਰ ਨਹੀਂ ਹਨ, ਤਾਂ ਸਤਿਗੁਰੂ ਕਹਿੰਦੇ ਉਹਨਾਂ ਦਾ ਜ਼ਬਾਨ ਤੋਂ ਰੱਬ ਰੱਬ ਕਹਿਣਾ ਵੀ ਉਹਨਾਂ ਮਨੁੱਖਾਂ ਦੇ ਜੀਵਨ ਨੂੰ ਸਹੀ ਟੀਚੇ ਤੇ ਪਹੁੰਚਾ ਨਹੀਂ ਸਕਦਾ, ਉਹਨਾਂ ਦੇ ਜੀਵਨ ਚ ਧਰਮ ਪੈਦਾ ਨਹੀਂ ਕਰ ਸਕਦਾ, ਉਹਨਾਂ ਦੇ ਜੀਵਨ ਵਿੱਚ ਰੱਬ ਦੀ ਬਖਸ਼ਿਸ਼ ਦਾ ਅਹਿਸਾਸ ਨਹੀਂ ਭਰ ਸਕਦਾ। ਸਤਿਗੁਰੂ ਜੀ ਦੇ ਬਚਨ ਪੜ੍ਹੀਏ, ਹਜ਼ੂਰ ਕਹਿੰਦੇ, ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ। ਸਤਿਗੁਰੂ ਕਹਿੰਦੇ ਨੇ, ਅਨ ਦਿਨ ਕਰਮ ਕਰੈ ਬਹੁ ਤੇਰੇ ਸੁਪਨੇ ਸੁਖ ਨਾ ਹੋਈ। ਜੇ ਇਹੋ ਜਿਹੇ ਦਿਨ ਰਾਤ ਹੋਰ ਵੀ ਕਰਮ ਕੀਤੇ ਜਾਣ, ਤਾਂ ਸੁਪਨੇ ਚ ਵੀ ਮਨੁੱਖ ਨੂੰ ਮਾਨਸਿਕ ਤੇ ਆਤਮਕ ਭਟਕਣਾ ਤੋਂ ਰਹਿਤ ਜੀਵਨ ਦੀ ਅਵਸਥਾ ਪ੍ਰਾਪਤ ਨਹੀਂ ਹੁੰਦੀ, ਟਿਕਾਓ ਨਹੀਂ ਮਿਲਦਾ, ਅੰਦਰ ਦਾ ਸਕੂਨ, ਜੀਵਨ ਦਾ ਅਸਲ ਆਨੰਦ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦਾ। ਫਿਰ ਸਤਿਗੁਰੂ ਜੀ ਨੇ ਫਰਮਾਇਆ, ਗਿਆਨੀ ਗੁਰਬਿਨ ਭਗਤ ਨਾ ਹੋਈ, ਕੋਰੈ ਰੰਗ ਕਦੇ ਨਾ ਚੜ੍ਹੇ ਜੇ ਲੋਚੈ ਸਭ ਕੋਈ। ਗੁਰੂ ਦੇ ਉਪਦੇਸ਼ ਨੂੰ ਸਮਝੇ ਬਿਨਾਂ, ਗੁਰੂ ਮਤ ਦਾ ਪ੍ਰਭਾਵ ਕਬੂਲ ਕੀਤੇ ਬਿਨਾਂ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ। ਜਿਵੇਂ ਕੋਰੇ ਲੱਠੇ ਕੱਪੜੇ ਦੇ ਉੱਤੇ ਪਾ ਚੜਾਏ ਬਿਨਾਂ ਲਲਾਰੀ ਰੰਗ ਨਹੀਂ ਚੜਾਉਂਦਾ, ਇਸੇ ਤਰ੍ਹਾਂ ਭਾਈ ਪਹਿਲਾਂ ਗੁਰੂ ਸ਼ਬਦ ਨੂੰ ਕਮਾ ਕੇ ਮਨ ਨੂੰ ਆਪਣੇ ਜੀਵਨ ਦੇ ਮਿਆਰ ਨੂੰ ਉੱਚਾ ਚੁੱਕਣਾ ਪੈਂਦਾ, ਫਿਰ ਉਹ ਐਸੀ ਮਨੋਵਸਥਾ, ਐਸੀ ਸੁਰਤ ਗੁਰੂ ਸ਼ਬਦ ਦੁਆਰਾ ਬਣ ਜਾਂਦੀ ਹੈ, ਜਿੱਥੇ ਪਰਮੇਸ਼ਰ ਅਕਾਲ ਪੁਰਖ ਦੇ ਗੁਣਾਂ ਨੂੰ ਅਸੀਂ ਫਿਰ ਹਰ ਵਾਰ ਮਹਿਸੂਸ ਕਰਦੇ ਹਾਂ, ਆਪਣੇ ਮਨ ਮਸਤਕ ਵਿੱਚ ਵਸਾਉਂਦੇ ਹਾਂ, ਸਾਡੀ ਸੁਰਤ ਵਿੱਚ ਪਰਮੇਸ਼ਰ ਦੀ ਯਾਦ ਟਿਕਦੀ, ਅਨੁਭਵ ਟਿਕਦਾ ਹੈ, ਔਰ ਫਿਰ ਅਸੀਂ ਪਰਮੇਸ਼ਰ ਦੇ ਹੁਕਮ ਨੂੰ, ਉਹਦੇ ਵਰਤਾਰੇ ਨੂੰ ਮਹਿਸੂਸ ਤੇ ਅਨੁਭਵ ਕਰਕੇ ਉਹ ਤੋਂ ਸਦਕੇ ਕੁਰਬਾਨ ਤੇ ਬਲਿਹਾਰ ਜਾਂਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੁਰੂ ਸਾਡੀ ਇਹੋ ਜਿਹੀ ਬਣਤਰ ਬਣਾਉਣ ਵਿੱਚ ਸਾਡੀ ਸਹਾਇਤਾ ਕਰਦਾ। ਤੋ ਸਾਹਿਬ ਜੀ ਨੇ ਅੱਗੇ ਬਚਨਾਂ ਦੇ ਵਿੱਚ ਫਰਮਾਇਆ, ਹਜ਼ੂਰ ਕਹਿੰਦੇ, ਜਾਪ ਤਾਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨਾ ਜਾਈ। ਮਨ ਦੇ ਭੈੜੇ ਸੁਭਾਅ ਦਾ ਸ਼ਿਕਾਰ ਮਨੁੱਖ ਅੰਦਰ ਦੇ ਵਿਕਾਰਾਂ ਰੂਪੀ ਰੋਗ ਤੋਂ ਕਦੇ ਮੁਕਤ ਨਹੀਂ ਹੁੰਦਾ। ਕ੍ਰੋਧ, ਲੋਭ, ਈਰਖਾ, ਦਵੈਸ਼, ਨਫ਼ਰਤ ਤੇ ਸਾਰੇ ਰੋਗ ਉਹਨੂੰ ਲੱਗੇ ਰਹਿੰਦੇ ਨੇ, ਔਰ ਐਸਾ ਮਨਮੁਖ ਮਨ ਦੇ ਭੈੜੇ ਸੁਭਾਅ ਦਾ ਮੁਰੀਦ ਭਾਵੇਂ ਲੱਖਾਂ ਜਪ ਕਰੇ, ਤਪ ਕਰੇ, ਸੰਜਮ ਕਰੇ, ਇਹ ਸਾਰੇ ਯਤਨ ਵੀ ਉਹਦੇ ਅੰਦਰ ਦੇ ਰੋਗ ਦਾ ਇਲਾਜ ਨਹੀਂ ਕਰ ਪਾਉਂਦੇ। ਪਾਤਸ਼ਾਹ ਕਹਿੰਦੇ ਨੇ, ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਪਾਏ ਖੁਆਈ। ਸਗੋਂ ਇਹਨਾਂ ਜਪ ਤਪ ਸੰਜਮ ਵਰਗੇ ਕਰਮਾਂ ਦੇ ਨਾਲ ਉਹਦੇ ਅੰਦਰ ਹੋਰ ਅਭਿਮਾਨ ਤੇ ਹੋਰ ਅਹੰਕਾਰ ਵੱਧਦਾ ਰਹਿੰਦਾ ਹੈ, ਤੇ ਉਹ ਹੋਰ ਹੋਰ ਪਾਸੇ ਭਟਕਦਾ ਹੋਇਆ ਖੁਆਰ ਹੁੰਦਾ ਰਹਿੰਦਾ ਹੈ ਜੀਵਨ ਦੇ ਵਿੱਚ। ਸਤਿਗੁਰੂ ਫਿਰ ਅੱਗੇ ਕਹਿੰਦੇ, ਬਾਹਰ ਭੇਖ ਬਹੁਤ ਚਤੁਰਾਈ, ਮਨੁਆ ਦੇ ਦਿਸ਼ਤਾਵੈ। ਐਸਾ ਮਨੁੱਖ ਜਪ ਤਪ ਕਰਦੇ ਆ, ਕਰਮ ਕਾਂਡ ਕਰਦੇ ਆ, ਬਾਹਰੋਂ ਭੇਖ ਧਾਰਨ ਕਰਦਾ ਹੈ, ਕਰਮ ਕਾਂਡਾਂ ਦੀ ਚਤੁਰਾਈ ਕਰਦਾ ਹੈ, ਪਰ ਸਤਿਗੁਰੂ ਕਹਿੰਦੇ ਨੇ, ਵਾਪਰਦਾ ਕੀ? ਮਨੁਆ ਦੇ ਦਿਸ਼ਤਾਵੈ, ਉਹਦਾ ਮਨ ਭਟਕਦਾ ਹੀ ਰਹਿੰਦਾ ਹੈ, ਮਨ ਸਥਿਰ ਨਹੀਂ ਹੁੰਦਾ। ਹਉਮੈ ਵਿਆਪਿਆ ਸ਼ਬਦ ਨਾ ਚੀਨੈ, ਫਿਰ ਫਿਰ ਜੋਨੀ ਆਵੇ।
ਹੰਕਾਰ ਵੱਧਦਾ ਰਹਿੰਦਾ ਹੈ। ਸ਼ਬਦ ਨੂੰ ਜਾਣੇ ਬਿਨਾਂ, ਗੁਰੂ ਉਪਦੇਸ਼ ਨੂੰ ਗ੍ਰਹਿਣ ਕੀਤੇ ਬਿਨਾਂ ਉਹ ਵਿਕਾਰਾਂ ਦੀਆਂ ਜੁਨੀਆਂ ਮਾਨਸਿਕ ਆਤਮਕ ਤੌਰ ਤੇ ਭੋਗਦਾ ਹੈ। ਸਤਿਗੁਰੂ ਨੇ ਇੱਥੇ ਵੀ ਹੱਲ ਕੱਢਦਿਆਂ ਅਖੀਰਲੀਆਂ ਪੰਕਤੀਆਂ ਵਿੱਚ ਕਿਹਾ, ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ, ਗੁਰਪ੍ਰਸਾਦੀ ਏਕੋ ਬੂਝੈ, ਏਕ ਸਮਾਏ ਸਮਾਏ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਉਪਦੇਸ਼ ਦੀ ਨਦਰ ਬਖਸ਼ਿਸ਼ ਹੋ ਜਾਂਦੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ, ਉਹਦੇ ਨਾਮ ਤੇ ਗੁਣਾਂ ਨੂੰ ਬੁੱਝਦੇ ਨੇ, ਔਰ ਉਹ ਆਪਣੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਹੁਕਮ ਤੇ ਅਟੁੱਟ ਯਕੀਨ ਕਰਦਿਆਂ ਹੋਇਆਂ ਉਸ ਵਾਹਿਗੁਰੂ ਨੂੰ, ਉਹਦੀ ਜੋਤ ਨੂੰ ਆਪਣੇ ਵਜੂਦ ਵਿੱਚ, ਸਾਰੀ ਕੁਦਰਤ ਵਿੱਚ ਵਸਦਿਆਂ ਹੋਇਆਂ ਮਹਿਸੂਸ ਕਰਦੇ ਨੇ, ਸਚਿਆਰਾ ਜੀਵਨ ਬਤੀਤ ਕਰਦੇ ਨੇ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੁਬਾਰਕ ਬਾਣੀ ਦੇ ਅੰਦਰ ਫਰਮਾਇਆ, ਹਜ਼ੂਰ ਕਹਿਣ ਲੱਗੇ, ਇਹਨਾਂ ਕਰਮ ਕਾਂਡਾਂ ਦਾ ਤਿਆਗ ਕਰਕੇ ਇੱਕੋ ਹੀ ਕਰਮ ਹੈ ਜਿਹੜਾ ਮਨੁੱਖ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ, ਜਿਸ ਦਾ ਜ਼ਿਕਰ ਗੁਰੂ ਅੰਗਦ ਸਾਹਿਬ ਜੀ ਨੇ ਇਸ ਪਾਵਨ ਸਲੋਕ ਵਿੱਚ ਕੀਤਾ। ਪਾਤਸ਼ਾਹ ਕਹਿੰਦੇ ਨੇ ਸਾਰਾ ਕੁਝ ਮੇਰੇ ਲਈ, ਜਪ ਤਪ ਇਹ ਸਾਰੇ ਕੰਮ ਜਿਹੜੇ ਨੇ ਇਹ ਖੋਖਲੇ ਤੇ ਥੋਥੇ ਨੇ ਮੇਰੇ ਲਈ, ਇਹ ਸਾਰੇ ਕੰਮ ਇੱਕੇ ਚੀਜ਼ ਵਿੱਚ ਹੀ ਆ ਜਾਂਦੇ ਨੇ, ਜੇ ਮੈਂ ਉਹ ਕਰ ਲਵਾਂ ਤੇ ਸਮਝੋ ਸਭ ਕੁਝ ਹੀ ਹੋ ਗਿਆ। ਉਹ ਕੀ ਹੈ? ਜਪ ਤਪ ਸਭ ਕੁਛ ਮੰਨਿਆ। ਜੇ ਮਨ ਪਰਮੇਸ਼ਰ ਦੇ ਗੁਣਾਂ ਵਿੱਚ ਪਤੀਜ ਜਾਏ, ਜੇ ਮਨ ਵਿੱਚ ਰੱਬੀ ਗੁਣ ਵਸ ਜਾਣ, ਜੇ ਮਨ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਗੁਣਾਂ ਦੀ ਯਾਦ ਵਿੱਚ ਇੱਕ ਸੁਰ ਹੋ ਜਾਏ, ਜੇ ਉਹਦੀ ਯਾਦ ਵਿੱਚ ਪਰੋਤਾ ਜਾਏ, ਤੇ ਸਮਝੋ ਇਹੀ ਜਾਪ ਹੈ, ਇਹੀ ਤਾਪ ਹੈ। ਹੋਰ ਕੋਈ ਵੱਖਰੇ ਕਰਮ ਕਾਂਡ ਰੂਪੀ ਜਾਪ ਤਪ ਕਰਨ ਦੀ ਲੋੜ ਨਹੀਂ। ਅਵਰ ਕਾਰਾਂ ਸਭ ਬਾਦ, ਬਾਕੀ ਹੋਰ ਜਿੰਨੇ ਕਾਰਜ ਨੇ ਭਾਈ, ਹੋਰ ਜਿੰਨੇ ਕਰਮ ਕਾਂਡ ਨੇ, ਉਹ ਸਭ ਵਿਅਰਥ ਨੇ, ਬਾਦ ਨੇ। ਨਾਨਕ ਮੰਨਿਆ ਮੰਨਿਆ, ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਕਹਿਣ ਲੱਗੇ, ਹੇ ਨਾਨਕ, ਨਾਮ ਨੂੰ ਮੰਨਣ ਵਾਲਾ ਹੀ ਮੰਨਿਆ ਦਾ ਅਰਥ ਹੈ ਜਿਸ ਨੇ ਮੰਨ ਲਿਆ ਹੈ, ਜਿਸ ਦਾ ਮਨ ਪਰਮੇਸ਼ਰ ਦੇ ਗੁਣਾਂ ਚ ਪਤੀਜ ਗਿਆ, ਜੁੜ ਗਿਆ, ਜਿਸ ਦੇ ਵਿਚਾਰਾਂ ਦੇ ਵਿੱਚ, ਜਿਸ ਦੇ ਖਿਆਲਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ, ਵਾਹਿਗੁਰੂ ਦੀ ਹਸਤੀ ਦੇ ਹੋਂਦ ਦਾ ਅਨੁਭਵ ਜਿਹੜਾ ਉਹ ਟਿਕ ਗਿਆ, ਕਹਿੰਦੇ ਨੇ ਉਹ ਮੰਨੀ ਹੈ। ਮੰਨੀਆਂ ਦਾ ਅਰਥ ਹੈ ਉਹ ਪ੍ਰਵਾਨਿਤ ਹੈ, ਉਹ ਆਦਰ ਪਾਉਂਦਾ ਹੈ, ਉਹਨੂੰ ਫਿਰ ਸਚਿਆਰੇ ਜੀਵਨ ਦਾ ਆਦਰ ਮਿਲਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜਿਸ ਨੂੰ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ, ਇਹਨਾਂ ਬਚਨਾਂ ਦੇ ਨਾਲ ਆਦਰ ਦਿੰਦੇ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸੂਰਮੇ ਵੀ ਕਿਹਾ, ਪ੍ਰਧਾਨ ਵੀ ਕਿਹਾ, ਪੰਚ ਵੀ ਕਿਹਾ, ਗੁਰਮੁਖ ਵੀ ਕਿਹਾ। ਇਹ ਸਾਰੇ ਗੁਣ ਇਹ ਉਸ ਆਦਰਸ਼ਕ ਜੀਵਨ ਦੇ ਸਤਿਗੁਰੂ ਜੀ ਨੇ ਨਾਮ ਰੱਖੇ ਨੇ, ਆਦਰਸ਼ਕ ਜੀਵਨ, ਉੱਚਾ ਜੀਵਨ ਜੋ ਗੁਰਬਾਣੀ ਘੜਨਾ ਚਾਹੁੰਦੀ ਹੈ। ਸਤਿਗੁਰੂ ਆਖਦੇ ਨੇ ਫਿਰ ਉਹ ਇਸ ਉੱਚੇ ਸੁੱਚੇ ਜੀਵਨ ਦੀ ਪ੍ਰਾਪਤੀ ਦਾ ਆਦਰ ਪਾਉਂਦਾ ਹੈ, ਪਰ ਬੁੱਝੀਏ ਗੁਰਪ੍ਰਸਾਦ, ਇਹ ਜੀਵਨ ਕਿਵੇਂ ਹਾਸਲ ਹੋਏ, ਇਹ ਕਿਹਨਾਂ ਨੂੰ ਹਾਸਲ ਹੋ ਸਕਦਾ ਹੈ? ਇਹ ਸੋਝੀ ਸਾਨੂੰ ਗੁਰੂ ਦੀ ਬਖਸ਼ਿਸ਼ ਨਾਲ ਹੁੰਦੀ ਹੈ। ਇਹ ਜੀਵਨ ਦਾ ਰਾਹ ਕਿ ਜਿੱਥੇ ਅਸੀਂ ਸਾਡਾ ਮਨ ਪਰਮੇਸ਼ਰ ਦੇ ਗੁਣਾਂ ਤੇ ਨਾਮ ਚ ਪਤੀਤ ਜਾਏ, ਜਿੱਥੇ ਸਾਡੇ ਲਈ ਸਾਰੇ ਕਰਮ ਕਾਂਡ ਸਾਨੂੰ ਪੋਥੇ ਤੇ ਖੋਖਲੇ ਮਹਿਸੂਸ ਹੋਣ ਲੱਗਣ, ਤੇ ਜਿੱਥੇ ਸਾਡਾ ਮਨ ਪਰਮੇਸ਼ਰ ਦੇ ਗੁਣਾਂ ਚ ਜੁੜ ਕੇ ਸਚਿਆਰੇ ਜੀਵਨ ਦਾ ਆਦਰ ਲੈ ਲਵੇ, ਇਹ ਸਾਰਾ ਪ੍ਰੋਸੈਸ, ਇਹ ਸਾਰਾ ਰਸਤਾ, ਇਹ ਸਾਰੀ ਜੁਗਤ ਸਾਨੂੰ ਗੁਰੂ ਦੇ ਉਪਦੇਸ਼ ਦੀ ਕਮਾਈ ਦੇ ਨਾਲ ਪ੍ਰਾਪਤ ਹੁੰਦੀ ਹੈ। ਸਹਿਬ ਸਤਿਗੁਰੂ ਕਿਰਪਾ ਕਰਨ, ਗੁਰੂ ਮਹਾਰਾਜ ਦੇ ਇਹਨਾਂ ਮੁਬਾਰਕ ਬਚਨਾਂ ਨੂੰ ਆਪਾਂ ਵੀ ਆਪਣੇ ਜੀਵਨ ਵਿੱਚ ਵਸਾ ਕੇ ਕਮਾ ਸਕੀਏ। ਸਤਿਗੁਰੂ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ,
ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।